ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਜਿੱਥੋਂ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਿਰ ਲੱਤ ਜਾਂਦੇ ਲੜਦਿਆਂ ਲੜਦਿਆਂ ਦੇ ਪਰ ਜਿਸਮ ਦੇ ਵਿੱਚੋਂ ਨਾ ਗਈ ਜਾਨ ਸਾਡੀ ਮਰਨ ਵਾਸਤੇ ਆਪਣੀ ਅਣਖ ਪਿੱਛੇ ਰਹੀ ਰੀਝ ਹੈ ਸਦਾ ਜਵਾਨ ਸਾਡੀ ਹੁੰਦੇ ਰਹੇ ਨੇ ਡੱਕਰੇ ਜਿਸਮ ਦੇ ਵੀ ਇਹ ਪਰ ਸੀ ਨਾ ਕੀਤਾ ਜ਼ੁਬਾਨ ਸਾਡੀ ਇਹ ਪਰ ਸੀ ਨਾ ਕੀਤਾ ਜ਼ੁਬਾਨ ਸਾਡੀ ਇਹ ਭਾਈ ਚਤਰ ਸਿੰਘ ਵੀਰ ਹੁਣ ਦੀਆਂ ਲਾਈਨਾਂ ਨੇ ਜੀ ਬਹੁਤ ਹੀ ਵਧੀਆ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦੀਆਂ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਦੀਆਂ ਅਤੇ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਗੱਲ ਕਰ ਰਹੇ ਸੀ ਚਤਰ ਸਿੰਘ ਵੀਰ ਹੁਣੀ ਜਿਹੜੇ ਕਿ ਬੜੇ ਵਧੀਆ ਸ਼ਾਇਰ ਹੋਏ ਨੇ ਸਾਡੇ ਤਰਨ ਤਾਰਨ ਦੇ ਜੰਮਪਲ ਸੀਗੇ ਇਹ 1925 ਤੋਂ ਲੈ ਕੇ 2001 1925 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 2001 ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਸੀਗੀ ਅਤੇ ਮੈਂ ਕੌਣ ਹਾਂ ਇਹਨਾਂ ਦੀ ਜਿਹੜੀ 1987 ਦੇ ਵਿੱਚ ਇੱਕ ਕਾਵਿ ਸੰਗ੍ਰਹਿ ਜਿਹੜਾ ਆਇਆ ਸੀ ਉਹਦੇ ਵਿੱਚੋਂ ਮੈਂ ਲਾਈਨਾਂ ਪੜ੍ਹੀਆਂ ਨੇ ਬਾਕੀ ਅਗਰ ਸਾਡੇ ਦਰਸ਼ਕ ਪੜ੍ਹਦੇ ਹੁਣ ਸਾਰਿਆਂ ਨੂੰ ਜ਼ਰੂਰ ਪਤਾ ਹੋਏਗਾ ਜਾਣਦੇ ਹੋਣਗੇ ਕਿ ਉਹਨਾਂ ਦੀ ਲੇਖਣੀ ਵੀ ਬਹੁਤ ਵਧੀਆ ਸੀ ਅਤੇ ਹੁਣ ਅੱਜ ਦੇ ਪ੍ਰੋਗਰਾਮ ਵਾਲੇ ਪਾਸੇ ਚੱਲੀਏ ਪ੍ਰੋਗਰਾਮ ਵੱਲ ਜਾਣ ਤੋਂ ਪਹਿਲਾਂ ਜਿਵੇਂ ਆਪਾਂ ਇੱਕ ਦੋ ਗੱਲਾਂ ਸਾਂਝੀਆਂ ਕਰੀਆਂ ਅਤੇ ਇੱਕ ਤਾਜ਼ੀ ਤਾਜ਼ੀ ਅੱਜ ਦੀ ਖਬਰ ਜਿਹੜੀ ਆਈ ਹੈ ਖਬਰ ਸੁਣਨ ਨੂੰ ਤਾਂ ਬਾਹਲੀ ਵਧੀਆ ਲੱਗਦੀ ਉਹ ਆਨੰਦ ਆਇਆ ਦਾ ਸੁਣ ਕੇ ਮੈਂ ਵੀ ਕਿਸੇ ਚੈਨਲ 'ਤੇ ਦੇਖੀ ਹੈ ਆਮ ਪੱਕੀ ਪੁਖਤਾ ਖਬਰ ਤਾਂ ਨਹੀਂ ਪਰ ਚੈਨਲ ਵਾਲੇ ਨੇ ਕਿਹਾ ਅਤੇ ਉਹਨੇ ਨੇ ਹਵਾਲਾ ਵੀ ਜਿਹੜਾ ਦਿੱਤਾ ਬੜਾ ਵੱਡਾ ਦਿੱਤਾ ਕਿ ਸਿੰਗਾਪੁਰ ਦੀ ਇੱਕ ਯੂਨੀਵਰਸਿਟੀ ਨੇ 131 ਮੁਲਕਾਂ ਦਾ ਸਰਵੇਖਣ ਕੀਤਾ ਸਰਵੇਖਣ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਨੇ ਜੀ ਕਿ ਭਾਰਤ ਦੇ ਵਿੱਚ ਕਰੋਨਾ ਜਿਹੜਾ ਅੱਜ 21 ਮਈ ਨੂੰ ਘੱਟ ਜਾਏਗਾ ਅਤੇ 18 ਜੂਨ ਤੱਕ ਬਿਲਕੁਲ 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 ਹੀ ਖਤਮ ਹੋ ਜਾਏਗਾ ਖਬਰ ਸੁਣਦਿਆਂ ਸਾਰ ਇੱਕ ਵਾਰੀ ਬੜਾ ਵਧੀਆ ਲੱਗਦਾ ਵੀ ਸ਼ਾਇਦ ਇੱਦਾਂ ਹੀ ਹੋਵੇ ਪਰਮਾਤਮਾ ਕਰੇ ਇੱਦਾਂ ਹੀ ਹੋਵੇ ਪਰ ਇਹ ਕਿਸ ਬਿਹਾਫ 'ਤੇ ਖਬਰ ਦਿੱਤੀ ਗਈ ਹੈ ਜਿੱਥੇ ਇੰਨਾ ਬੁਰਾ ਹਾਲ ਹੈ ਜਿਹੜੀ ਮੈਂ ਰਾਤੀ ਗੱਲ ਕਰਦਾ ਸੀ ਵੀ ਉਹ ਕਹਿੰਦੇ ਸੀ ਅਸੀਂ ਹੁਣ ਟੈਸਟ ਹੀ ਬੰਦ ਕਰ ਦੇਣੇ ਭਾਈ ਸਿੱਧੇ ਤਾਂ ਟੈਸਟ ਨਹੀਂ ਹੋਣਗੇ ਅਤੇ ਆਪੇ ਕਰੋਨਾ ਦੇ ਅੰਕੜੇ ਆਉਣੇ ਹੀ ਬੰਦ ਹੋ ਜਾਣਗੇ ਪਰ ਇਹ ਅਗਰ ਇਸ ਤਰ੍ਹਾਂ ਦਾ ਹੈ ਤਾਂ ਬਿਲਕੁਲ ਮਾੜੀ ਗੱਲ ਹੈ ਪਰ ਕਰੋਨਾ ਬਹੁਤ ਹੈ ਹਜੇ ਮਾਸਕ ਲੋਕ ਪਾਉਂਦੇ ਨਹੀਂ ਹੈਗੇ ਸਾਰੇ ਬੁਰਾ ਹਾਲ ਹੈਗਾ ਇਹ ਇੱਕ ਖਬਰ ਜਿਹੜੀ ਵੱਖਰੀ ਤਰ੍ਹਾਂ ਦੀ ਸੀਗੀ ਦਿਲ ਨੂੰ ਸਕੂਨ ਦੇਣ ਵਾਲੀ ਪਰ ਮੈਨੂੰ ਨਹੀਂ ਲੱਗਦਾ ਵੀ ਇਹ ਖਬਰ ਜਿਹੜੀ ਆ ਕੋਈ ਬਾਹਲੀ ਕਾਰਗਰ ਸਿੱਧ ਹੋਊਗੀ ਜਾਂ ਇਹਦੇ ਪਿੱਛੇ ਕੋਈ ਸੱਚਾਈ ਹੋਊਗੀ ਵੀ ਕਿਹੜਾ ਇਹੋ ਜਿਹੀ ਜਾਦੂ ਦੀ ਛੜੀ ਆਜੂ ਜਿਹੜੀ ਕਿ 15-20 ਦਿਨਾਂ ਦੇ ਵਿੱਚ ਲਾ ਲਓ 30 ਦਿਨ ਦੇ ਵਿੱਚ ਲਾ ਲਓ ਵੀ ਤੁਹਾਡਾ ਜਮ੍ਹਾਂ ਹੀ ਖਤਮ ਕਰ ਦੇਗੀ ਸਾਰਾ ਕਰੋਨਾ ਭਾਰਤ ਦੇ ਵਿੱਚੋਂ ਇਹ ਕਿਵੇਂ ਖਤਮ ਹੋ ਜਾਏਗਾ ਮੇਰੀ ਸਮਝ ਤੋਂ ਬਾਹਰ ਆ ਤੁਹਾਨੂੰ ਕੋਈ ਜਾਣਕਾਰੀ ਹੋਵੇ ਇਹਦੇ ਬਾਰੇ ਜ਼ਰੂਰ ਸਾਂਝੀ ਕਰ ਸਕਦੇ ਹੋ ਇੱਕ ਵਿਆਹ ਜਿਹੜਾ ਵੱਖਰਾ ਜਿਹਾ ਹੋਇਆ ਉਹ ਬੜਾ ਚਰਚਾ ਦਾ ਵਿਸ਼ਾ ਬਣਿਆ ਪਹਿਲਾਂ ਅਸੀਂ ਦੇਖਦੇ ਸੀਗੇ ਵੀ ਕੋਈ ਵੱਡੀ ਉਮਰ ਦੇ ਕਿਸੇ ਬੰਦੇ ਦਾ ਵਿਆਹ ਛੋਟੀ ਉਮਰ ਦੀ ਕੁੜੀ ਨਾਲ ਹੁੰਦਾ ਤਾਂ ਹਰ ਬੰਦਾ ਸੋਚਦਾ ਸੀ ਭਾਈ ਇਹਦੇ ਪਿੱਛੇ ਕੋਈ ਨਾ ਕੋਈ ਲਾਲਚ ਹੋਏਗਾ ਆਮ ਤੌਰ 'ਤੇ ਇਸ ਤਰ੍ਹਾਂ ਦੇ ਹਜ਼ਾਰਾਂ ਲੱਖਾਂ ਵਿਆਹ ਇਹ ਹੋਏ ਨੇ ਕਿ ਬਾਹਰਲੇ ਮੁਲਕ ਦੇ ਲਾਲਚ ਨੂੰ ਵੱਡੀ ਉਮਰ ਦੇ ਜਿਹੜੇ 50-60 ਸਾਲ ਦੇ ਵੀ ਲੋਕ ਹੈਗੇ ਨੇ ਉਹ ਵੀ 20-25 ਸਾਲ ਦੀਆਂ ਕੁੜੀਆਂ ਨਾਲ ਵਿਆਹ ਕਰਾ ਲੈਂਦੇ ਸੀਗੇ ਅਤੇ ਕੁੜੀ ਵਾਲੇ ਬਾਹਰ ਦੇ ਲਾਲਚ ਨੂੰ ਵੀ ਚੱਲ ਭਾਈ ਅੱਜ ਕੁੜੀ ਗਈ ਹੈ ਕੱਲ੍ਹ ਨੂੰ ਸਾਡਾ ਸਾਰਾ ਟੱਬਰ ਲੰਘ ਜੂਗਾ ਅਤੇ ਉਹ ਵਿਆਹ ਵੀ ਹੁੰਦੇ ਸੀਗੇ ਪਰ ਆਹ ਬੜਾ ਵੱਖਰਾ ਜਿਹਾ ਵਿਆਹ ਹੋਇਆ ਇਹਦੇ ਵਿੱਚ ਤੁਸੀਂ ਦੇਖੀ ਹੋਣੀ ਵੀਡੀਓ ਇਹਦੇ ਵਿੱਚ ਮੁਸਲਿਮ ਪਰਿਵਾਰ ਹੈਗੇ ਨੇ ਅਤੇ ਵਿਆਹ ਬੰਦਾ ਕਾਫੀ ਏਜ ਦਾ ਹੈਗਾ ਅਤੇ ਕੁੜੀ ਛੋਟੀ ਹੈ ਅਤੇ ਪੁੱਛਿਆ ਤੂੰ ਕਹਿੰਦੇ ਵੀ ਸਾਡੀ ਮਜਬੂਰੀ ਸੀ ਬੰਦਾ ਵੀ ਇਕੱਲਾ ਸੀ ਉਹ ਵੀ ਘਰਦਿਆਂ ਤੋਂ ਔਖਾ ਸੀ ਆਪਦੇ ਭਰਾਵਾਂ ਭਰੂਆਂ ਤੋਂ ਕੁੜੀ ਦੀ ਵੀ ਜਿਹੜੀ ਮਦਰ ਦੀ ਡੈਥ ਹੋ ਗਈ ਸੀ ਪਿਓ ਹੈ ਨਹੀਂ ਸੀ ਅਤੇ ਨਾਲ ਦੀ ਨਾਲ ਜਿਹੜਾ ਉਹਦਾ ਘਰ ਵਾਲਾ ਵੀ 11 ਸਾਲ ਬਾਅਦ ਵਿਆਹ ਤੋਂ ਮਰ ਗਿਆ ਸੀ ਹੁਣ 40 ਸਾਲ ਕਹਿੰਦੇ ਉਮਰ ਦੀ ਕੁੜੀ ਹੈ ਕੁੜੀ ਦੀ ਉਮਰ ਹੈ ਅਤੇ ਬੰਦੇ ਦੀ ਉਮਰ 70 ਦੇ ਕਰੀਬ ਦੱਸਦੇ ਨੇ ਪਰ ਇਹੋ ਜਿਹੇ ਵੀ ਇਹ ਰੰਗ ਸਾਡੀ ਦੁਨੀਆ ਦੇ ਹੀ ਨੇ ਜੀ ਪਰਮਾਤਮਾ ਦਿਖਾਉਂਦਾ ਜਿਹੜੇ ਇਹੋ ਜਿਹੇ ਰੰਗ ਅਤੇ ਅਗਲੀ ਗੱਲ ਕਰੀਏ ਤਾਂ ਰਾਮ ਰਹੀਮ ਸਾਹਿਬ ਨੂੰ ਪੈਰੋਲ ਮਿਲ ਗਈ ਕਹਿੰਦੇ ਜੀ 48 ਘੰਟੇ ਦੀ ਚਲੋ ਇਹ ਜੇ ਤਾਂ ਹੋਣਾ ਹੀ ਤਾਂ ਔਰ ਆਪਾਂ ਜਿੰਨੇ ਵੀ ਲੀਡਰ ਅਸੀਂ ਰੌਲਾ ਪਾਉਂਦੇ ਦੇਖੇ ਨੇ ਜਿੰਨੇ ਵੀ ਈਵਨ ਨਵਜੋਤ ਸਿੰਘ ਸਿੱਧੂ ਅਤੇ ਈਵਨ ਅਕਾਲੀ ਦਲ ਦੇ ਚ ਕਾਂਗਰਸ ਸਾਰੇ ਹੀ ਉਹਦੇ ਪੈਰਾਂ 'ਚ ਬੈਠੇ ਦੇਖੇ ਨੇ ਫੋਟੋਆਂ ਬੜੀਆਂ ਵਾਇਰਲ ਹੋ ਰਹੀਆਂ ਨੇ ਅਤੇ ਜਿਹੜੇ ਲੋਕ ਹੁਣ ਕਹਿੰਦੇ ਨੇ ਵੀ ਇਹ ਕੀ ਆ ਬਸ ਇਹਦੇ ਪਿੱਛੇ ਸਾਰੀ ਰਾਜਨੀਤੀ ਆ ਇਹ ਆਪਾਂ ਨੂੰ ਪਤਾ ਹੀ ਹੈ ਲੀਡਰਾਂ ਨੂੰ ਪਤਾ ਲੱਗਦਾ ਵੀ ਜਿਹੜੇ ਬਾਬੇ ਪਿੱਛੇ ਕਿ ਜਿਹੜੇ ਬਾਬੇ ਪਿੱਛੇ ਦੀ ਗੱਲ ਛੱਡੋ ਜਿਹੜੇ ਕਿਸੇ ਬੰਦੇ ਪਿੱਛੇ 100 ਖੰਡ ਬੰਦਾ ਵੀ ਹੈਗਾ 20-50 ਬੰਦੇ ਵੀ ਹੈਗੇ ਤਾਂ ਉਹਦੀ ਇਹ ਤਾਂ ਪੁਛ ਪੜਤਾਲ ਸ਼ੁਰੂ ਕਰ ਦਿੰਦੇ ਆ ਉਹ ਪੁਛ ਪ੍ਰਤੀਤ ਸ਼ੁਰੂ ਕਰ ਦਿੰਦੇ ਆ ਨੌਤ ਪੜਤਾਲ ਅਤੇ ਇਹ ਬਾਬਿਆਂ ਪਿੱਛੇ ਤਾਂ ਲੱਖਾਂ ਬੰਦੇ ਹੁੰਦੇ ਇਸ ਕਰਕੇ ਇਹਨਾਂ ਦਾ ਤਾਂ ਜਾ ਕੇ ਉੱਥੇ ਹੱਥ ਬਣਨਾ ਬਣਦਾ ਹੀ ਹੈ ਕਿਉਂਕਿ ਭਾਈ ਇੰਡੀਆ ਦੀ ਗੱਲ ਕਰੀਦੀ ਹੈ
ਅਤੇ ਕੁਰਸੀ ਤੋਂ ਉੱਪਰ ਕੁਛ ਨਹੀਂ ਅਤੇ ਹਰ ਚੀਜ਼ ਦੇ ਵਿੱਚ ਰਾਜਨੀਤੀ ਜਿਹੜੀ ਉਹ ਵੜੀ ਹੋਈ ਹੈ। ਇੱਕ ਹੋਰ ਸਾਡੇ ਮਿੱਤਰ ਦਾ ਫੋਨ ਆਇਆ ਇੰਡੀਆ ਦੇ ਵਿੱਚੋਂ, ਉਹ ਕਹਿੰਦਾ ਯਾਰ ਵੀ ਤੁਸੀਂ ਇੱਧਰ ਸਾਂਝਾ ਕਰ ਸਕੋ ਤਾਂ ਕਰਿਓ, ਹੋ ਸਕਦਾ ਇੱਧਰ ਅਸਰ ਪਵੇ। ਮੈਂ ਕਿਹਾ ਵੀ ਇੱਧਰ ਅਸਰ ਪੈਂਦਾ ਨਹੀਂ ਪੈਂਦਾ, ਵੱਖਰੀ ਗੱਲ ਆ, ਭਰਾ ਮੈਂ ਸਾਂਝਾ ਜ਼ਰੂਰ ਕਰ ਦੂੰ। ਉਹ ਇਸ ਗੱਲ ਵੀ ਕਹਿੰਦੇ ਪੁਲਿਸ ਵਾਲੇ ਬਹੁਤ ਤੰਗ ਕਰਦੇ ਉੱਥੇ ਹੁਣ ਕਰੋਨਾ ਦੇ ਨਾਂ 'ਤੇ, ਬਹੁਤ ਪੈਸੇ ਕਮਾ ਰਹੇ ਨੇ। ਉਹ ਕਹਿੰਦਾ ਮੈਂ ਇਕੱਲਾ ਹੀ ਜਾ ਰਿਹਾ ਸੀ, ਪਤਾ ਨਹੀਂ ਕਿਹੜੇ ਪੁਲ 'ਤੇ ਉਹਨੇ ਦੱਸਿਆ ਵੀ ਮੈਂ ਕਿਹੜੇ ਪੁਲ 'ਤੇ ਜਾ ਰਿਹਾ ਸੀ, ਅਤੇ ਉੱਥੋਂ ਮੈਂ ਮੋਟਰਸਾਈਕਲ 'ਤੇ ਇਕੱਲਾ ਹੀ ਜਾ ਰਿਹਾ ਸੀ ਅਤੇ ਮੈਨੂੰ ਰੋਕ ਲਿਆ, ਨਾਕਾ ਲੱਗਿਆ ਸੀ ਉੱਥੇ, ਰੋਕ ਲਿਆ, ਕਾਗਜ਼ ਪੂਰੇ ਸੀ, ਮਾਸਕ ਲੱਗਿਆ ਹੋਇਆ ਸੀ। ਉਹ ਕਹਿੰਦੇ ਵੀ ਭਾਈ ਦੇਖ ਲਾ ਸਿੱਧਾ ਜਿਹਾ ਹਿਸਾਬ ਹੈਗਾ, ਜਾਂ ਤਾਂ ਸਾਨੂੰ 1,000 ਰੁਪਈਆ ਦੇ ਦੇ, ਨਹੀਂ ਤਾਂ ਚਲਾਣ ਆ ਪਈ ਆ ਆਪਸ਼ਨ ਤੇਰੇ ਕੋਲ ਸਾਰੀ, ਅਮਿਤਾਭ ਬੱਚਨ ਦੇ ਕਰੋੜਪਤੀ ਵਾਂਗੂ, ਇਹਨਾਂ 'ਚੋਂ ਦੱਸ ਦੇ ਵੀ ਕਿਹੜਾ ਚਲਾਣ ਕਰਾਉਣਾ, ਉਹ ਤੇਰਾ ਕਰ ਦਿੰਦੇ, ਜਿਹੜਾ ਸਭ ਤੋਂ ਸਸਤਾ ਲੱਗਦਾ ਉਹ ਕਰ ਲਾ, ਜਾਂ ਐਂ ਕਰ ਵੀ ਰੁੱਕ ਜਾ ਹਜੇ ਹੋਰ ਥੋੜ੍ਹੀ ਦੇਰ, ਕੋਈ ਹੋਰ ਬੰਦਾ ਆਊ ਤਾਂ 500 ਕਰ ਲਿਓ। ਐਂ ਕਰਕੇ ਪਤਾ ਨਹੀਂ ਪੰਜਾਬ ਪੁਲਿਸ ਵਾਲੇ ਕਿੰਨੇ ਕੁ ਲੋਕਾਂ ਤੋਂ ਕਿੰਨਾ ਕੁ ਪੈਸਾ, ਪੰਜਾਬ ਪੁਲਿਸ ਦੀ ਗੱਲ ਛੱਡੋ, ਜਿਹਦਾ ਜਾ ਲੱਗਦਾ ਆਪਾਂ ਜਿਵੇਂ ਬਹੁਤ ਵਾਰੀ ਜ਼ਿਕਰ ਕੀਤਾ, ਪ੍ਰੋਗਰਾਮ ਵੀ ਪੂਰੇ ਕੀਤੇ ਨੇ ਕਿ ਬਹੁਤ ਬੁਰਾ ਹਾਲ ਹੈ, ਹਰ ਬੰਦਾ ਦਾ ਲੱਗਦਾ ਅਤੇ ਪੂਰਾ ਲਾਉਂਦਾ। ਚਲੋ ਜੀ, ਇਹ ਸਾਰੀਆਂ ਖਬਰਾਂ ਤਾਂ ਹੁਣ ਆਪਾਂ ਪ੍ਰੋਗਰਾਮ ਵਾਲੇ ਪਾਸੇ ਚੱਲੀਏ। ਫੇਸਬੁੱਕ ਡਾਕੀਏ ਨੂੰ ਅੱਜ ਮੌਕਾ ਦਿੱਤਾ ਕਾਫੀ ਦੇਰ ਬਾਅਦ। ਫੇਸਬੁੱਕ ਡਾਕੀਆ ਵੀ ਚੰਗਾ ਕੰਮ ਕਰਦਾ, ਐਸੀ ਗੱਲ ਨਹੀਂ, ਬਹੁਤ ਵਧੀਆ ਕੰਮ ਕਰਦਾ। ਕੁਝ ਫੋਟੋਆਂ ਨੇ ਅਤੇ ਕੁਝ ਵੀਡੀਓ ਨੇ ਹਮੇਸ਼ਾ ਦੀ ਤਰ੍ਹਾਂ, ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਫੋਟੋਆਂ ਦਾ ਸਿਲਸਿਲਾ ਸ਼ੁਰੂ ਕਰਦੇ ਪਹਿਲਾਂ, ਅਸੀਂ ਕਲਾ ਦੀ ਗੱਲ ਕਰੀ ਦੀ ਹੈ ਕਿ ਕਲਾ ਹਰ ਬੰਦੇ ਦੇ ਵਿੱਚ ਹੁੰਦੀ, ਬੜੀ ਵੱਡੀ ਕਲਾ, ਬਹੁਤ ਸਾਰੇ ਲੋਕਾਂ ਦੇ ਵਿੱਚ ਬਹੁਤ ਸਾਰੀ ਕਲਾ ਹੁੰਦੀ ਹੈ, ਲੇਕਿਨ ਥੋੜ੍ਹੀ ਬਹੁਤ ਕਲਾ ਹਰ ਬੰਦੇ ਦੇ ਵਿੱਚ ਹੁੰਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦੀ। ਜਿਹੜੀ ਮੈਂ ਕਲਾ ਹੁਣ ਤੁਹਾਨੂੰ ਦਿਖਾਉਣੀ ਆ, ਇਹ ਬਹੁਤ ਹੀ ਵਧੀਆ ਕਲਾ ਮੈਨੂੰ ਲੱਗੀ ਆ। ਇਹ ਗਾਈਆਂ ਦੇ ਉੱਪਰ ਕਿਸੇ ਨੇ ਪੇਂਟਿੰਗ ਕੀਤੀ ਹੈ, ਕਿਆ ਕਮਾਲ ਦੀ ਪੇਂਟਿੰਗ ਕੀਤੀ ਹੈ, ਬਿਲਕੁਲ ਇਉਂ ਹੀ ਲੱਗਦਾ ਕਿ ਜਿਵੇਂ ਬੰਦਾ ਗਾਈ ਨੂੰ ਫੜ ਕੇ ਤੁਰਿਆ ਜਾਂਦਾ ਹੁੰਦਾ। ਤੁਸੀਂ ਇਹ ਵੀਡੀਓ ਦੇਖੋ ਅਤੇ ਫਿਰ ਉਸ ਤੋਂ ਬਾਅਦ ਕਰਦੇ ਅਗਲੀ ਗੱਲ। ਵਾਹ ਜੀ ਵਾਹ, ਵਾਹ ਜੀ ਵਾਹ ਜੀ, ਥੋੜ੍ਹਾ ਜਿਹਾ ਜਿਵੇਂ ਕਹਿੰਦੇ ਹੁੰਦੇ ਮਾਇੰਡ 'ਚੋਂ ਸਲਿੱਪ ਹੋ ਗਿਆ, ਫੋਟੋਆਂ ਦਿਖਾਉਣਾ ਹੁੰਦਾ, ਅੱਜ ਵੀਡੀਓ ਦਾ ਕੰਮ ਸ਼ੁਰੂ ਕਰਦੇ। ਚਲੋ ਗੱਲ ਤਾਂ ਮੁੱਕਦੀ ਆ ਕਿ ਇਹੀ ਆ ਕਿ ਚੀਜ਼ ਵਧੀਆ ਦਿਖਾਉਣੀ ਹੈ, ਅਤੇ ਹੁਣ ਗੁਰਪ੍ਰੀਤ ਆਪਾਂ ਫੋਟੋਆਂ ਪਹਿਲਾਂ ਦਿਖਾ ਦਈਏ ਅਤੇ ਫਿਰ ਅਸੀਂ ਵੀਡੀਓ ਜਿਹੜੀਆਂ ਦੋ ਬੱਚੀਆਂ ਨੇ ਛੋਟੀ ਛੋਟੀਆਂ ਬਾਅਦ ਦੇ ਵਿੱਚ ਦਿਖਾਉਂਦੇ ਹਾਂ। ਫੋਟੋਆਂ ਵਾਲੇ ਪਾਸ ਚੱਲਦੇ ਜੀ। ਇੰਡੀਆ ਦੇ ਵਿੱਚ ਕਰੋਨਾ ਬਹੁਤ ਬੁਰੀ ਤਰ੍ਹਾਂ ਜਿਹੜਾ ਫੈਲ ਰਿਹਾ, ਉਹਦੇ ਵੱਖ ਵੱਖ ਤਰੀਕੇ ਨਾਲ ਇਲਾਜ ਦੱਸੇ ਜਾ ਰਹੇ ਨੇ। ਪਿੱਛੇ ਜੇ ਅਸੀਂ ਕਾਫੀ ਜ਼ਿਕਰ ਕੀਤਾ ਸੀਗਾ ਕਿ ਉੱਥੇ ਗਊ ਮੂਤਰ ਦੇ ਨਾਲ ਨਹਾਇਆ ਜਾ ਰਿਹਾ ਅਤੇ ਗਊ ਦਾ ਗੋਹਾ ਜਿਹੜਾ ਹੈਗਾ ਉਹ ਪਿੰਡੇ 'ਤੇ ਮਲਿਆ ਜਾ ਰਿਹਾ, ਕਰੋਨਾ ਤੋਂ ਬਚਣ ਵਾਸਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰ ਰਹੇ ਨੇ। ਚਲੋ ਠੀਕ ਹੈ ਭਾਈ, ਆਪਣਾ ਓੜ ਪੁੜ ਹਰ ਬੰਦਾ ਕਰਦਾ, ਜਿਵੇਂ ਕੋਈ ਦੱਸਦਾ ਉਵੇਂ ਕਰਦਾ, ਆਰਾਮ ਵੀ ਹੋ ਸਕਦਾ ਕਈਆਂ ਨੂੰ ਆਇਆ ਹੋਵੇ, ਪਰ ਜਿਹੜੀ ਇਹ ਫੋਟੋ ਦਿਖਾਉਂਦੇ ਇਹਦੀ ਮੈਨੂੰ ਸਮਝ ਨਹੀਂ ਆਈ ਵੀ ਇਹ ਬੰਦੇ ਦਾ ਕੀ ਮਕਸਦ ਹੈਗਾ ਪੂਰੇ ਪਿੰਡੇ ਦੇ ਉੱਪਰ ਗੋਹਾ ਲਾ ਕੇ ਬੈਠਣ ਦਾ। ਹਲੋ ਜੀ, ਪਿੰਡਾਂ ਦੇ ਵਿੱਚ ਕਹਿੰਦੇ ਪਹਿਲਾਂ ਲਿਪਦੇ ਹੁੰਦੇ ਸੀਗੇ ਕੱਚੇ ਘਰ ਤੂੜੀ ਮਿੱਟੀ ਦੇ ਨਾਲ, ਗੋਹਾ ਤੂੜੀ ਦੇ ਨਾਲ ਲਿਪ ਲੁਪ ਕੇ ਕਰਦੇ ਹੁੰਦੇ ਸੀ। ਇਹਨੇ ਬੰਦੇ ਨੇ ਆਪਣਾ ਪੂਰਾ ਸਰੀਰ ਹੀ ਗੋਹਾ ਮਿੱਟੀ ਦੇ ਤੂੜੀ ਮਿੱਟੀ ਨਾਲ ਲਾਇਆ ਹੋਇਆ ਅਤੇ ਉਹ ਪੂਰਾ ਸਰੀਰ ਹੀ ਲੇਪ ਕੀਤਾ ਹੋਇਆ। ਹੁਣ ਇਹ ਕਹਿੰਦੇ ਵੀ ਇਹਨਾਂ ਕਰੋਨਾ ਇੱਦਾਂ ਭਾਜੂ, ਬੰਦਾ ਇਹਨੂੰ ਪੁੱਛੇ ਕੋਈ ਅਕਲ ਵਾਲਾ ਨਾਲੇ ਮਾਰੇ ਕੰਨ 'ਤੇ ਦੋ, ਅਤੇ ਫਿਰ ਪੁੱਛੇ ਵੀ ਭਾਈ ਕਰੋਨਾ ਕਿਸੇ ਸਰੀਰ ਦੇ ਹੋਰ ਹਿੱਸੇ ਤੋਂ ਨਹੀਂ ਜਾਂਦਾ, ਮੂੰਹ ਥਾਂ ਨਹੀਂ ਜਾਂਦਾ, ਨੱਕ ਥਾਂ ਨਹੀਂ ਜਾਂਦਾ, ਤਾਂ ਹੀ ਨੱਕ ਅਤੇ ਮੂੰਹ 'ਤੇ ਮਾਸਕ ਪਾਉਂਦੇ ਨੇ, ਹੋਰ ਪਿੰਡੇ 'ਤੇ ਕਿਤੇ ਮਾਸਕ ਨਹੀਂ ਪਾਉਂਦੇ। ਅਤੇ ਕਰੋਨਾ ਤਾਂ ਤੈਨੂੰ ਫਿਰ ਵੀ ਹੋ ਜਾਣਾ ਜੇ ਹੋਣਾ ਹੋਇਆ, ਅਤੇ ਜੇ ਕਰੋਨਾ ਨਾ ਵੀ ਹੋਇਆ ਤਾਂ ਜੇ ਗੋਹੇ ਦੀ ਬਦਬੂ ਨਾ ਚਾਰਕ ਦੇ ਨੇ ਇੱਦਾਂ ਰਹਿ ਗਿਆ ਤਾਂ ਤੂੰ ਵੈਸੇ ਹੀ ਮਰ ਜਾਣਾ ਭਾਈ। ਸੋ ਆਹ ਵੀ ਦੇਖੋ ਜੀ, ਅੰਧ ਵਿਸ਼ਵਾਸ ਕਹਿ ਲਓ ਚਾਹੇ ਕੋਈ ਵੀ ਗੱਲ ਕਹਿ ਲਓ, ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਲਓ ਹੁਣ ਘਰ 2-3 ਦਿਨ ਦਿਖਾਉਣੇ ਤੁਹਾਨੂੰ, ਘਰ ਇਸ ਕਰਕੇ ਦਿਖਾਉਣੇ ਕਿ ਅੱਜ ਕੱਲ੍ਹ ਘਰਾਂ ਦਾ ਰੇਟ ਬੜੇ ਵਧੇ ਹੋਏ ਨੇ, ਹਰ ਬੰਦਾ ਘਰ ਲੈਣਾ ਚਾਹੁੰਦਾ,
ਤੇ ਘਰ ਦੇ ਵਿੱਚ ਫਿਰ ਕਿਸ ਤਰ੍ਹਾਂ ਦਾ ਲੈਣਾ ਉਹਦੀ ਮਰਜ਼ੀ ਹੁੰਦੀ ਹੈ, ਕਿਸੇ ਦਾ ਘਰ ਕਿਸ ਤਰ੍ਹਾਂ ਦਾ ਪਸੰਦ ਹੁੰਦਾ, ਕਿਸੇ ਨੂੰ ਕਿਸ ਤਰ੍ਹਾਂ ਦਾ ਪਸੰਦ ਹੁੰਦਾ। ਕਈ ਬੰਦੇ ਕਸਟਮਾਈਜ਼ ਕਰਦੇ ਨੇ ਘਰ ਕੇ ਆਪਣੇ ਮਨਪਸੰਦ ਦਾ ਘਰ ਬਣਾਉਣਾ। ਪੰਜਾਬੀਆਂ ਦੀ ਗੱਲ ਕਰੀਏ ਪਰ ਆਹ ਬੰਦੇ ਨੇ ਆਪਣੀ ਮਨਪਸੰਦ ਦਾ ਇੱਕ ਘਰ ਬਣਾਇਆ। ਅਗਲੀ ਫੋਟੋ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੈ ਇਹਦਾ ਨਾਮ ਮੇਰੇ ਖਿਆਲ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਜੀ ਦਰਜ ਹੈ, ਪਰ ਫੋਟੋ ਬੜੀ ਕਮਾਲ ਦੀ ਹੈ, ਘਰ ਬੜਾ ਕਮਾਲ ਦਾ। ਆਹ ਲਓ ਜੀ, ਧਿਆਨ ਨਾਲ ਦੇਖੋ ਘਰ ਨੂੰ, ਜੇ ਦੇਖੀਏ ਤਾਂ ਪਤਾ ਲੱਗਦਾ ਕਿ ਬੋਤਲਾਂ ਦੇ ਨਾਲ ਇਹ ਘਰ ਬਣਾਇਆ ਗਿਆ। ਬੋਤਲਾਂ ਦੇ ਨਾਲ ਬਕਾਇਦਾ ਚਗਾਠਾਂ ਖਿੜਕੀਆਂ ਰੱਖੀਆਂ ਹੋਈਆਂ ਅਤੇ ਪਰਾਲੀ ਦੀ ਉੱਤੇ ਛੱਤ ਪਾਈ ਹੈ। ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਬੋਤਲਾਂ 'ਚ ਪਾਣੀ ਭਰਿਆ ਜਾਂ ਖਾਲੀ ਨੇ, ਜੇ ਖਾਲੀ ਹੋਈਆਂ ਤਾਂ ਸਣੇ ਬੋਤਲਾਂ ਉੱਡ ਜਾਣਾ, ਘਰ ਮੜ ਜਾਈ ਹਵਾ 'ਚ। ਅੱਜ ਕੱਲ੍ਹ ਤਾਂ ਚੰਗੀਆਂ ਭਲੀਆਂ ਗੱਡੀਆਂ ਉੱਡ ਜਾਂਦੀਆਂ, ਇਹ ਤਾਂ ਫਿਰ ਬੋਤਲਾਂ ਦਾ ਘਰ ਹੈ। ਪਰ ਫਿਰ ਵੀ ਜਿਸ ਕਿਸੇ ਨੇ ਬਣਾਇਆ ਬਹੁਤ ਹੀ ਵਧੀਆ ਘਰ, ਆਰਟ ਦੀ ਗੱਲ ਅਸੀਂ ਕੀਤੀ ਹੈ, ਆਰਟ ਇਹਦੇ ਵਿੱਚ ਵੀ ਬੜਾ ਵਧੀਆ ਛੁਪਿਆ ਹੋਇਆ। ਘਰ ਦੀ ਬੈਕ ਸਾਈਡ ਹੈ, ਉਹ ਪਰਲੇ ਪਾਸੇ ਜਿਹੜਾ ਤੁਸੀਂ ਦੇਖ ਰਹੇ ਹੋ ਉਹ ਐਂਟਰੀ ਵੀ ਹੈਗੀ, ਬਕਾਇਦਾ ਉਹਨੇ ਬਣਾਈ ਹੋਈ। ਬਹੁਤ ਹੀ ਵਧੀਆ ਲੱਗਿਆ ਇਹ ਆਰਟ ਦਾ ਘਰ ਜੀ। ਚਲੋ, ਬੋਤਲਾਂ ਦਾ ਘਰ ਬਣਾ ਤਾਂ ਚੰਗੀ ਗੱਲ ਹੈ। ਜਿਵੇਂ ਅਸੀਂ ਗੱਲ ਕੀਤੀ ਵੀ ਘਰ ਬਣਾਉਣ ਲੱਗਾ ਬੰਦਾ, ਘਰ ਅਤੇ ਵਿਆਹ ਇੱਕ ਐਸੀ ਚੀਜ਼ ਹੈ ਜਿੱਥੇ ਜਿੰਨਾ ਮਰਜ਼ੀ ਪੈਸਾ ਖਰਚ ਲਓ, ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਦੀ ਕੋਈ ਲਿਮਿਟ ਨਹੀਂ। ਦੂਜੀ ਗੱਲ ਇਹ ਹੈ ਵੀ ਜਦੋਂ ਘਰ ਬਣਾਉਣਾ ਸ਼ੁਰੂ ਕਰਦੇ ਜਾਂ ਜਦੋਂ ਵਿਆਹ ਰੱਖਦੇ ਹਾਂ ਤਾਂ ਉਦੋਂ ਇਹ ਹੁੰਦਾ ਵੀ ਭਾਈ ਇੰਨਾ ਕੁ ਖਰਚਾ ਆਊਗਾ, ਉਹ ਅਵਲ ਤਾਂ ਡਬਲ ਟ੍ਰਿਪਲ ਹੀ ਹੋ ਜਾਂਦਾ ਮੁੱਕਦੇ ਮੁੱਕਦੇ, ਨਹੀਂ ਤਾਂ ਫਿਰ ਡੇਢਾ ਕੁ ਤਾਂ ਹੋ ਹੀ ਜਾਂਦਾ। ਘਰ ਦੀ ਗੱਲ ਕਰੀਏ ਤਾਂ ਮਿਸਤਰੀ ਕਹਿੰਦੇ ਵੀ ਭਾਅ ਜੀ ਘਰ ਕਿਹੜਾ ਰੋਜ਼ ਰੋਜ਼ ਬਣਾਉਣਾ, ਉਹ ਆਹ ਵੀ ਲਾ ਲਓ, ਆਹ ਵੀ ਲਾ ਲਓ, ਆਹ ਟੂਟੀਆਂ ਫਲਾਨੀਆਂ ਲਾ ਲਓ, ਧਮਕੜੀਆਂ ਲਾ ਲਓ, ਕੁਛ ਨਹੀਂ ਫਰਕ ਪੈਣਾ, ਫਰਕ ਨਹੀਂ ਪੈਂਦਾ, ਫਿਰ ਡਬਲ ਨੂੰ ਪਹੁੰਚ ਜਾਂਦਾ। ਵਿਆਹ ਦੀ ਗੱਲ ਕਰੀਏ ਅਤੇ ਵਿਆਹ ਦੇ ਵਿੱਚ ਵੀ ਘਰ ਦੇ ਜਿਹੜੇ ਨੇ ਘਰ ਵਾਲੀ ਜਾਂ ਕਹਿ ਲਓ ਜਾਂ ਰਿਸ਼ਤੇਦਾਰ ਵੀ, ਕਿਹੜਾ ਭਾਈ ਵਿਆਹ ਰੋਜ਼ ਰੋਜ਼ ਕਰਨਾ, ਐਂ ਕਰੋ ਆਹ ਮੁੰਦੀ ਜਿਹੜੀ 2 ਤੋਲੇ ਦੀ ਰਹਿਣ ਤੋਂ 3 ਤੋਲੇ ਦੀ ਕਰ ਲਓ। ਆਹ ਕੁੜੀ ਦਾ ਹਾਰ ਆ ਚੰਗਾ ਲੱਗਦਾ, ਇੰਨਾ ਪਤਲਾ ਜਿਹਾ ਹਾਰ ਪਾਉਂਦੇ ਤੁਸੀਂ, ਇੰਨੇ ਵੱਡੇ ਬੰਦੇ ਹੋ, ਐਂ ਕਰੋ ਹਾਰ ਵੀ 5 ਕੁ ਤੋਲੇ ਦਾ ਕਰ ਲਓ। ਅਤੇ ਕਰਦੇ ਕਰਾਉਂਦੇ ਫਿਰ ਰਿਸ਼ਤੇਦਾਰ ਦੇ ਕੱਪੜੇ ਕੁੱਪੜੇ ਲੈ ਲੈ, ਆਹ ਕੱਪੜੇ ਦਿੰਦੇ ਚੰਗੇ ਲੱਗਦੇ, ਜਦੋਂ ਅਗਲਾ ਕਿਸੇ ਨੂੰ ਦਿਖਾਊਗਾ ਵੀ ਸਾਨੂੰ ਆਹ ਕੱਪੜੇ ਦਿੱਤੇ ਆ ਤਾਂ ਕੀ ਨੱਕ ਰਹੂਗੀ ਆਪਣੀ, ਨਾ ਨਾ ਕੱਪੜੇ ਵੀ ਚੰਗੇ ਲੈ ਲਓ, ਤਾਂ ਵਿਆਹ ਦੇ ਵਿੱਚ ਵੀ ਡਬਲ ਕੰਮ ਹੋ ਜਾਂਦਾ। ਸੋ ਘਰ ਦੀ ਗੱਲ ਕਰਦੇ, ਅਗਲਾ ਘਰ ਹੈਗਾ ਫਰੂਟ ਹਾਊਸ। ਆਹ ਦੇਖੋ ਜੀ, ਇਹ ਫਰੂਟ ਦਾ ਘਰ ਬਣਾਇਆ, ਇਹ ਅਨਾਨਾਸ ਜਿਹੜਾ ਹੁੰਦਾ ਉਹਦਾ ਪੂਰਾ ਡੋਰ ਲਾਇਆ ਹੋਇਆ, ਉਹਦੇ ਵਿੱਚ ਨਾਲ ਨਾਲ ਇੱਕ ਪਾਸੇ ਹਦਵਾਣਾ ਆ ਅਤੇ ਇੱਕ ਪਾਸੇ ਬਾਕੀ ਸਾਰੇ ਕੇਲੇ ਵਗੈਰਾ ਸੇਬ ਅਨਾਰ ਨੂੰ ਲਾ ਕੇ ਅਤੇ ਘਰ ਉਹਨੇ ਬਣਾਇਆ। ਇਸ ਬੰਦੇ ਨੂੰ ਹੋ ਸਕਦਾ ਫਰੂਟ ਖਾਣ ਦਾ ਬਹੁਤ ਸ਼ੌਕ ਹੋਵੇ ਅਤੇ ਡਾਕਟਰ ਨੇ ਮਨਾ ਕਰਤੇ ਹੁਣ ਵੀ ਭਾਈ ਫਰੂਟ ਨਾ ਖਾਈ, ਬਿਮਾਰੀਆਂ ਦਾ ਘਰ ਹੈ ਤੇਰੇ ਵਾਸਤੇ, ਅਤੇ ਉਦੋਂ ਬਾਅਦ ਫਿਰ ਉਹਨੇ ਇੱਦਾਂ ਦਾ ਘਰ ਬਣਾ ਲਿਆ। ਪਰ ਕੁੱਲ ਮਿਲਾ ਕੇ ਬਹੁਤ ਸੋਹਣਾ ਘਰ, ਬਹੁਤ ਸੋਹਣਾ ਘਰ ਹੈ। ਚਲੋ, ਘਰਾਂ ਦੀ ਅਸੀਂ ਗੱਲ ਕੀਤੀ ਹੈ, ਨਾਲ ਨਾਲ ਬਿਲਡਿੰਗਾਂ ਦੀ ਵੀ ਗੱਲ ਕਰ ਲਈਏ। ਅਸੀਂ ਵੱਖ ਵੱਖ ਤਰ੍ਹਾਂ ਦੀਆਂ ਵੱਖ ਵੱਖ ਡਿਜ਼ਾਈਨ ਦੀਆਂ ਬਿਲਡਿੰਗਾਂ ਪੂਰੀ ਦੁਨੀਆ ਦੇ ਵਿੱਚ ਦੇਖਦੇ ਹਾਂ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਕਿਤੇ ਵੀ ਗੱਲ ਕਰ ਲਈਏ, ਅਤੇ ਡਿਜ਼ਾਈਨ ਬੜੇ ਵੱਖਰੇ ਵੱਖਰੇ ਹੁੰਦੇ ਬਿਲਡਿੰਗਾਂ ਦੇ। ਲੱਗਦਾ ਇਉਂ ਹੀ ਹੈ ਵੀ ਇਹ ਭਾਈ ਬਿਲਡਿੰਗ ਨਹੀਂ ਹੋਣੀ, ਉਂ ਹੀ ਡੰਬੀ ਖੜੀ ਕੀਤੀ ਹੋਈ ਆ, ਇਹਦੇ ਵਿੱਚ ਰਹਿੰਦਾ ਕੋਈ ਨਹੀਂ ਹੋਣਾ, ਜੇ ਰਹਿੰਦਾ ਹੋਊ ਤਾਂ ਬਿਲਡਿੰਗ ਕਦੇ ਵੀ ਡਿੱਗ ਸਕਦੀ, ਇਹੋ ਜਿਹਾ ਸਾਨੂੰ ਬਿਲਡਿੰਗ ਦੇ ਪ੍ਰਭਾਵ ਤੋਂ ਲੱਗਦਾ। ਪਰ ਐਸਾ ਨਹੀਂ ਹੁੰਦਾ, ਬਿਲਡਿੰਗਾਂ ਹੁੰਦੀਆਂ ਨੇ ਬਕਾਇਦਾ, ਔਰ ਬਹੁਤ ਵਧੀਆ ਤਰੀਕੇ ਨਾਲ ਲੋਕ ਉਹਨਾਂ ਦੇ ਵਿੱਚ ਰਹਿੰਦੇ ਵੀ ਨੇ। ਅਗਲੀ ਬਿਲਡਿੰਗ ਦੇਖੋ ਜੀ ਧਿਆਨ ਨਾਲ, ਅਗਲੀ ਬਿਲਡਿੰਗ ਦੇ ਵਿੱਚ ਇਹ ਇਉਂ ਹੀ ਲੱਗਦਾ ਵੀ ਕੋਈ ਬੀਬੀ ਸਬਜ਼ੀ ਮੰਡੀ ਤੋਂ ਲਿਆ ਕੇ ਟੋਕਰੀ ਰੱਖੀ ਆ ਸਬਜ਼ੀ ਕੱਢਣ ਵਾਸਤੇ, ਅਤੇ ਫਰਿੱਜ ਦੇ ਵਿੱਚ ਰੱਖਦੀ ਆ, ਬਾਅਦ ਦੇ ਵਿੱਚ ਹੋਰ ਕੰਮ ਕਰਨ ਲੱਗ ਗਈ ਅਤੇ ਟੋਕਰੀ ਉੱਥੇ ਪਈ ਰਹਿ ਗਈ। ਪਰ ਇਹ ਟੋਕਰੀ ਨਹੀਂ ਹੈ ਜੀ, ਇਹ ਕਿਸੇ ਆਫਿਸ ਦੀ ਬਿਲਡਿੰਗ ਹੈਗੀ ਬਕਾਇਦਾ ਉਹਨਾਂ ਨੇ ਬਣਾਈ ਆ। ਪਰ ਇਹ ਨਹੀਂ ਸਮਝ ਆਈ ਵੀ ਬੰਦੇ ਨੂੰ, ਚਲੋ ਵੱਖ ਵੱਖ ਫਰੂਟਾਂ ਵਾਲੇ ਦੀ ਵੀ ਸਮਝ ਆਉਂਦੀ ਆ, ਬੋਟਲਾਂ ਵਾਲੇ ਦੀ ਵੀ ਸਮਝ ਆਉਂਦੀ ਆ, ਵੀ ਇਹ ਬੰਦੇ ਨੇ ਜਿਹਨੇ ਇਹ ਬਿਲਡਿੰਗ ਬਣਵਾਈ ਆ, ਜਿਹਦੀ ਇਹ ਖੋਜ ਆ, ਜਿਹਦਾ ਦਿਮਾਗ ਆ, ਅਤੇ ਉਹਨੇ ਇਹ ਬਿਲਡਿੰਗ ਕਿਉਂ ਬਣਵਾਈ, ਇਸ ਤਰ੍ਹਾਂ ਦੀ ਬਿਲਡਿੰਗ ਕਿਉਂ ਬਣਵਾਈ। ਜਾਂ ਤਾਂ ਇਹ ਹੋ ਸਕਦਾ ਭਾਈ ਉਹਦੀ ਘਰਵਾਲੀ ਜਿਹੜੀ ਆ ਹਮੇਸ਼ਾ ਹੀ ਉਹਨੂੰ ਟੋਕਰੀ ਚੱਕ ਕੇ ਤੋਰੀ ਰੱਖਦੀ ਹੋਵੇ, ਚੱਲ ਹੁਣ ਧਨੀਆ ਲਿਆ ਦੇ, ਹੁਣ ਮਿਰਚਾਂ ਲਿਆ ਦੇ, ਹੁਣ ਆਹ ਲਿਆ ਦੇ, ਉਹ ਲਿਆ ਦੇ, ਇਸ ਕਰਕੇ ਉਹਨੇ ਕਿਹਾ ਭਾਈ ਹੁਣ ਮੈਂ ਬਿਲਡਿੰਗ ਜਿਹੜੀ ਉਹੀ ਟੋਕਰੀ ਵਰਗੀ ਬਣਾ ਲਈ ਹੈ। ਸੋ ਬਾਸਕਟ ਬਿਲਡਿੰਗ ਜਿਹੜੀ ਆ ਇਹ ਤੁਸੀਂ ਦੇਖੀ ਲਓ ਜੀ। ਵੀਡੀਓ ਛੋਟੀ ਛੋਟੀਆਂ ਹੀ ਆ, 20-25 ਸੈਕਿੰਡ ਦੀਆਂ, ਦੋ ਹੈਗੀਆਂ ਨੇ, ਇਹਨਾਂ ਨੂੰ ਤੁਸੀਂ ਜ਼ਰੂਰ ਦੋ ਵਾਰੀ ਦੇਖ ਸਕਦੇ ਹੋ। ਅਗਲੀ ਵੀਡੀਓ ਜਿਹੜੀ ਹੈ ਜੀ ਬਹੁਤ ਵਧੀਆ, ਉਹ ਹੈਗੀ ਆ ਇਸ ਚੀਜ਼ ਨੂੰ ਬਿਆਨ ਕਰਦੀ ਵੀ ਅੱਜ ਕੱਲ੍ਹ ਦਾ ਮਾਹੌਲ ਕੀ ਹੈ। ਪਹਿਲੇ ਸਮਿਆਂ ਦੀ ਅਸੀਂ ਗੱਲ ਕਰੀ ਦੀ ਹੈ ਅਤੇ ਪਹਿਲੇ ਸਮਿਆਂ ਦੇ ਵਿੱਚ ਇਹ ਹੁੰਦਾ ਸੀ ਕਿ ਬੱਚਾ ਬਾਹਰ ਖੇਡ ਰਿਹਾ, ਖਿੱਦੋ ਖੂੰਡੀ ਖੇਡ ਰਿਹਾ, ਕੁਛ ਬੋਲ ਖੇਡ ਰਿਹਾ, ਕੁਛ ਕਰ ਰਿਹਾ। ਉਦੋਂ ਬਾਅਦ ਦੀ ਗੱਲ ਕਰੀਏ, ਅੱਜ ਕੱਲ੍ਹ ਦੀ ਗੱਲ ਕਰੀਏ ਅਤੇ ਨਿਆਣਿਆਂ ਕੋਲ ਖਿਡੌਣੇ ਨੇ ਮਹਿੰਗੇ ਮਹਿੰਗੇ, ਉਹ ਆਪਣੇ ਖਿਡੌਣੇ ਨਾਲ ਖੇਡਦੇ ਨੇ, ਅਤੇ ਬੰਦਾ ਆਪਣਾ ਵਰਕ ਫਰੋਮ ਹੋਮ, ਅਤੇ ਉਹ ਵਰਕ ਫਰੋਮ ਹੋਮ ਜਿਹੜਾ ਕਰ ਰਿਹਾ ਅਤੇ ਉਹ ਆਪਣਾ ਕੰਮ ਲੈਪਟੋਪ ਅਤੇ ਕੰਪਿਊਟਰ 'ਤੇ ਕਰਦਾ ਹੁੰਦਾ ਨਜ਼ਰ ਆਉਂਦਾ ਸੀ। ਪਰ ਹੁਣ ਸਮਾਂ ਇਹ ਹੈਗਾ ਵੀ ਜਿਹੜਾ ਵੱਡਿਆਂ ਦੇ ਕੰਮ ਕਰਨ ਵਾਲੇ ਉਹ ਬੱਚੇ ਕਰ ਰਹੇ ਨੇ, ਜੇ ਬੱਚਿਆਂ ਦਾ ਕੰਮ ਕਰਨ ਵਾਲੇ ਉਹ ਵੱਡੇ ਕਰ ਰਹੇ ਨੇ,
एक लेडी है वो बच्चे वास्ते दुध लेके आई है, उन्होंने ये नहीं समझ आती हूँ बच्चे नूं ये दुध पियावां कि उहदे प्यो नूं पियावां। यह देखो वीडियो छोटी जी। वाह जी वाह, वाह जी वाह। वाकई एक चाह का कप सी तो एक दुध सी गिलास दे विच, उहनूं इह समझ नहीं आ रही भी बच्चे नूं चाह का कप देवां तो उहदे प्यो नूं दुध पियावां इह जिहड़ा बच्चे वाला, तो जां फिर की करां। सो इह एक आउण वाले समें दी तस्वीर पेश करदी कर जिहड़ी अजकल दे समें दी। आखिरी वीडियो दिखा के उस तो बाद ब्रेक लवेंगे। आखिरी वीडियो दे विच जिहड़ी मैं गल जिवें पहलां कही आ कि इंडिया दे विच करोना 18 जून नूं खत्म हो रहा, क्या इह जांदा कि 18 जून तो बाद करोना नहीं रहेगा, पर ये पिछले साल तो गल चलती आ रही है मई तक रहेगा, नवंबर तक रहेगा, अक्तूबर तक रहेगा, पर जिहड़े भी अंकड़े मेरे हिसाब नाल गलत ने। पर हो सकता है यह भाई साहब ने मास्क कोई लिया तो मास्क पाया, हो सकता इस मास्क करके ही करोना 18 जून तक बिल्कुल खत्म हो जाएगा इंडिया तो। मास्क जिहड़ा गरीबां दे वसदी वो कहिंदे वी गल है नहीं, महंगा मास्क है तो, पर यह पाउण नाल करोना बिल्कुल नहीं हुंदा। देखो ये वीडियो उस तो बाद लवेंगे ब्रेक, तो ब्रेक तो बाद आके थोड़ियाँ कल लवेंगे। देखो वीडियो ये तुम करोना लिए बनया मास्क? हाँ। अच्छा ये मास्क कितों मिल रहा जी? बाजार से कड़ी मेडिकल स्टोर तो? जनरल स्टोर तो मिले। अच्छा ये स्पेशल होना है कोई? वेरी गुड वेरी गुड। ये यानी कहते ना करोना होता ही नहीं? वेरी गुड। मिल रहा महंगा है? करोना लिए बनया मास्क? अच्छा ये मास्क कितों मिल रहा जी? बाजार से कड़ी मेडिकल स्टोर तो? जनरल स्टोर तो मिले। अच्छा ये स्पेशल होना है कोई? वेरी गुड वेरी गुड। यानी कहते ना करोना होता ही नहीं? वेरी गुड। मिलता महंगा है? हाजर हाँ जी, ब्रेक तो बाद एक बार फिर तो नाल दी नाल प्रोग्राम अगे तोरीए। विषय वाल दी गल करिए तो विशा मैं अज भी पिंडां दा रखना, पंजाब दा रखना, थोड़ा जिहा जिवें आम रखदे आ उस तरह दा ही विशा अज होएगा। पर विशाल जाण तो पहले एक गीत जिहड़ा जिवें मैं पिछले दो तीन हफ्तों के एक पुराने शब्द तुहाडा सांझे करदा सी, पुरानियां चीज़ां उन्हां दे नाम सांझे करदा सीगा, ते बहुत सारे दर्शक साडे बहुत पसंद करते ने उह चीज़ां, नाल नाल इह पुरानियां यादां ताज़ा हो जांदियां। ते उदां दा एक गीत हैगा, उस गीत दा आखिरी अंतर आ जिहड़ा उह फिर मेरा विशा होएगा। जे तुसीं सुण लिओ ध्यान नाल ते तुहानूं पहलां पता लग जूगा, नहीं तां फिर मैं गीत तों बाद दोबारा डिस्कस करके तुहाडियां कालां सिलसिला जिहड़ा उह शुरू करूँगा। हरिंदर संधु ने यह गीत गाया विरसे दीआं गल्लां, बहुत ही वधिया गीत है। पुरानियां चीज़ों के नाम ये ले रहे सारे भी कि चीज़ सानू विरसे दे विच हुंदियां सी जिहड़ियां सानू बच्चों दसनिया चाहिए। गल करिए विषय की, विषय का आखिरी लाइना जिहड़ियां सीगियां उन्होंने गल की पूर्ण भगत शरवण तारा राणी की गल की। मैं अज का विषय ये शरवण सरवण पुत जिहड़ा सी उह कहिंदे उन्हां दा विषय अज मैं रखूँगा। सरवण पुत जदों असीं कहिंदे सरवण की गल आउंदी है तो नाल दी नाल उदों ही जहन दे विच साडे एक सेवा माता पिता की सेवा भावना की गल आ जाती दिमाग दे विच कि उन्होंने कहिंदे वी सेवा बहुत की है। वहंगी दे उपर लैके जांदे सीगे पिंडां दे विच जदों छत दे उपर सौंदे सीगे ते याद होगा साडे ते दर्शकां नूं बचा दे इधर भी होगा ध्यान किसे दित्ता नहीं होना, जदों छत दे उपर सौंदे सी ते ऐन सिर दे उपर एक तारे तो बहुत सारे होंदे सी, एक तार तीन तारे जिहड़े एक लाइन दे विच होंदे सी इक्को जी डिस्टेंस ते, तो उह इह कहा जांदा सीगा कि इह सरवण जिहड़ा हैगा उह अपने माता पिता की वहिंगी लई जांदा है। सरवण की गल मैं ना ज़्यादा करदा होया गल तुहाडे मूहों सुननी चाहुंदा। मुकदी गल यह है कि सरवण पुत अजकल किन्ने कु बचे ने, किन्ने कु परसेंट हैगे ने पंजाबियों दे विच सरवण पुत, या फिर आम तौर पर आपां अक्सर यह देखिया भी घरे तां मां लेडीज़ की गल करिए ते घरे तां सस कह लो, लेडीज सस की गल करनी पऊगी, सस तो बीमार पई है पानी नूं तरसदी पई है, तो वह नूं जे कहे कि मैं तो भाई चली हाँ गुरुद्वारे मेरे तो उत्थे सेवा करनी, जाके लंगर दे विच सेवा करनी, फलानी सेवा करनी है,
तो मेरे हिसाब नाल कादी सेवा होई किन्नी सेवा परवान चढ़ूगी। तो मुंडे की गल करिए तो वह भी प्यो घरे बैठा हो बीमार हो ठमार हो मुंडा बाहर कवे जी मैं तो हूँ मेरी अज सेवा मैं अज रैली चलिया देश बारे सोच रहा मैं तो अब किसानों के धरने चलिया उत्थे जाना जरूरी है तो मेरे हिसाब के ना वो किधर की सेवा हैगी जी असी किसी होर की करते मुकदी गल। मेरा मेन विषय यह है कि जी असी आम सेवा करते वो चंगी गल है तो घर के सेवा जी जे लोग नहीं करते बाहर सेवा करते हैं घर के घरदे की सेवा नहीं करते वो क्यों नहीं करते यदा की कारण है। दूजा मैं जरूर थोड़े को जानना चाहवागा जो सरवण की गल हैगी आई कोई जानकारी कोई हिस्टरी कह लो चाहे वह दंद कथा कह लो चाहे लोक कथा कह लो तो चाहे मिथिहास कह लो चाहे इतिहास जो भी हैगा वह जी वो जानकारी हैगी दर्शकों असं साझी करिए तो जरूर बड़ी खुशी होंगी जो ये पता लगता कि छोटे बच्चे भी प्रोग्राम देखते सुनते हैं तो उदों उन्हां नूं जरूर ये गल उन्हां दे कन्नी पएगी तो जरूर कोई ना कोई असर करेगी गल। असीं ये कह दिंदे वी साडा इहदा की फर्क पैना मेरे कहण नाल की फर्क पैना किहड़ा कोई यार की ठीक है मैं तो अपना प्रोग्राम करके चल जाना पर फर्क पैंदा है। सो कालां सिलसिला शुरू करदे आं गल करदे आं सरवण दी सेवा ते नाल नाल कोई जिहड़ी जानकारी है इस साखी बारे कह लो तो वह जरूर साडे दर्शक साडे नाल सांझी करन। हाँ जी सत श्री अकाल जी तुसीं आउणे हो मनजीत सिंह जी। दर्शक ही सांझी करन अक्सर मैं गलबात जिहड़ी हुंदी मैं सारी गल कर जांदा ते मुड़ के दर्शकां दे करन कोई रहिंदी नहीं मैं तां नहीं बाली कर कीती अज नहीं नहीं ओह हिस्टरी जान के असीं वी उहनी सुणी सी जां सरबण सिखा उहदे मां प्यो अन्नी हुंदे सी गरीब बड़े होंगे सके फिर अपने अपने चाबे तकड़ी अंग एक पास मदद बिठा लिया जी ਵਹਿੰਗੀ ਦਾ ਵੀ ਸ਼ਾਇਦ ਸਾਡੇ ਬਾਹਲੇ ਦਰਸ਼ਕਾਂ ਨੂੰ ਨਹੀਂ ਪਤਾ ਹੁੰਦਾ ਕਿ ਵਹਿੰਗੀ ਕੀ ਹੁੰਦੀ ਸੀ ਮੈਨੂੰ ਹੁਣ ਵਿੱਚੋਂ ਗੱਲ ਤੋਂ ਗੱਲ ਯਾਦ ਆਈ ਵੀ ਵਹਿੰਗੀ ਦਾ ਵੀ ਜ਼ਰੂਰ ਅਸੀਂ ਜ਼ਿਕਰ ਕਰਾਂਗੇ ਉਹ ਵਹਿੰਗੀ ਹੁੰਦੀ ਸੀ ਕੀ ਸੀ ਕਿੱਦਾਂ ਕਹਿੰਦੇ ਸੀ ਉਹਨੂੰ। ਹਾਂਜੀ ਚਲੋ ਆਪਣੀ ਗੱਲ ਕੰਟੀਨਿਊ ਰੱਖੋ ਜੀ। ਹਾਂਜੀ ਹਾਂਜੀ ਜੋ ਉਹ ਸੇਵਾ ਕਰ ਗਿਆ ਤਾਂ ਬਾਕੀ ਜਿਹੜਾ ਅੱਜ ਦੇ ਜ਼ਮਾਨੇ 'ਚ ਵੀ ਆ ਜਿਹੜਾ ਕੋਈ ਬੰਦਾ ਆਪਣੇ ਮਾਂ ਪਿਓ ਦੀ ਸੇਵਾ ਕਰ ਲਵੇ ਜੀ ਉਹ ਤੋਂ ਵੱਡਾ ਕੋਈ ਪੁੰਨ ਦਾਨ ਕੁਛ ਸੇਵਾ ਕਿਤੇ ਕਹਿ ਦੇ ਬਈ ਉਹ ਤੋਂ ਜ਼ਿਆਦਾ ਨਹੀਂ। ਵਾਹ ਜੀ। ਹਾਂਜੀ ਹਾਂਜੀ ਤੇ ਅੱਛਾ ਤੇ ਆਪਣੇ ਆਪਾਂ ਚਲੋ ਗੱਲ ਕਰ ਰਹੇ ਸੀ ਇਹ ਤਾਂ ਆਪ ਠੀਕ ਹੈ ਗੱਲ ਤੁਹਾਡੀ ਵੀ ਕਿੱਦਾਂ ਸੇਵਾ ਤੋਂ ਵੱਡੀ ਕੋਈ ਹੈ ਨਹੀਂ ਸਿਆਣੇ ਕਹਿੰਦੇ ਪ੍ਰਚਾਰਕ ਵੀ ਕਹਿੰਦੇ ਆ ਪਰ ਜੇ ਅਸੀਂ ਦੂਜਾ ਪੱਖ ਦੇਖ ਰੱਖੀਏ ਤਾਂ ਕਿੰਨੇ ਕੁ ਪਰਸੈਂਟ ਹੈਗੇ ਨੇ ਸਰਵਣ ਪੁੱਤ ਅੱਜ ਕੱਲ੍ਹ ਦੇ ਸਮੇਂ 'ਚ ਜਾਣ ਕੇ ਹੁਣ ਮੈਂ ਤੁਹਾਨੂੰ ਦੱਸਾਂ ਜੇ ਆਈਡੀਆ ਲਾ ਦੋ 50-60% ਤਾਂ ਹੈਗੀ ਆ ਚਲੋ ਚੰਗੀ ਇਹ ਨਹੀਂ ਹੈਗਾ ਬਈ ਨਹੀਂ ਨਹੀਂ ਹੈਗੀ ਪਰ ਜਿੱਦਾਂ ਹੁਣ ਆਪਣੇ ਉੱਧਰੋਂ ਪੰਜਾਬ ਵਗੈਰਾ ਉਹਨਾਂ ਦੇ ਦਾ ਖੂਨ 'ਚ ਪਾਣੀ ਵੜ ਗਿਆ ਉਹ ਤਾਂ ਸਾਰੇ ਭੈਣ ਭਰਾਈ ਜੇ ਉਹਨਾਂ ਦਾ ਕੁਛ ਡਿਫਰੈਂਟ ਸਟੋਰੀ ਆ ਜਿਹੜੇ ਹਾਂ ਬਾਹਰ ਬੈਠੇ ਬੰਦੇ ਆ ਇਹ ਆਪਣੇ ਮਾਂ ਪਿਓ ਜਾਂ ਕੁਛ ਭੈਣ ਭਰਾ ਸਾਰਿਆਂ ਦੀ ਇੱਜ਼ਤ ਬੜੀ ਕਰਦੇ ਆ ਚਲੋ ਚੰਗੀ ਗੱਲ ਹੈ ਹੈਲਪਫੁਲ ਬੋਲ ਨੇ ਬਾਹਰਲੇ ਅਮੀਰ ਦੀ ਚਲੋ ਗੱਲ ਕੀਤੀ ਹੈ ਅਤੇ ਮੈਂ ਜ਼ਿਕਰ ਪਹਿਲਾਂ ਕੀਤਾ ਨਹੀਂ ਦਿੱਲੀ ਦੇ ਵਿੱਚ 120 ਸਾਲ ਪੁਰਾਣਾ ਰਿਕਾਰਡ ਟੁੱਟਿਆ ਜੀ ਪਹਿਲਾਂ ਅੱਜ 120 ਸਾਲ ਪੁਰਾਣਾ ਬਾਰਿਸ਼ ਦਾ। ਹਾਂਜੀ ਉੱਥੇ 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 ਪ੍ਰੋਬਲਮ ਕੀ ਆ ਉੱਥੇ ਤਾਂ ਹੁਣ ਪਤਾ ਨਹੀਂ ਰੱਬ ਜਾਣੇ ਵੀ ਇੱਦਾਂ ਦਾ ਕਹਿਰ ਕਿੱਦਾਂ ਦਾ ਆ ਗਿਆ ਕਿਉਂਕਿ ਪਹਿਲਾਂ ਦਾ ਇਹ ਸੀਗਾ ਵੀ ਕੋਰੋਨਾ ਦੇ ਹਿਸਾਬ ਨਾਲ ਮੌਤਾਂ ਥੋੜ੍ਹੀਆਂ ਆਉਂਦੀਆਂ ਸੀਗੀਆਂ ਜੀ ਤੇ ਹੁਣ ਮੌਤਾਂ ਬਹੁਤ ਵੱਧ ਗਈਆਂ ਪਲੱਸ ਉਹ ਜਿਹੜਾ ਰੂਲ ਆਇਆ ਪਤਾ ਨੀ ਕਿਹੜਾ ਉਹ ਫੰਗਲ ਵਗੈਰਾ ਖਾਲੀ ਫੰਗਸ ਆਪਾਂ ਉੱਲੀ ਉੱਲੀ ਕਹਿ ਦਿੰਦੇ ਆਪਾਂ ਆਮ ਤੌਰ 'ਤੇ ਉੱਲੀ ਜਿਹੜੀ ਲੱਗੇ ਆਪਾਂ ਪਹਿਲਾਂ ਕੋਈ ਚੀਜ਼ ਖਰਾਬ ਹੋ ਜਾਂਦੀ ਸੀ ਤਾਂ ਉਹਨੂੰ ਸੁੱਟਣ ਤੋਂ ਪਹਿਲਾਂ ਕਹਿੰਦੇ ਵੀ ਉੱਲੀ ਲੱਗ ਗਈ ਇਹਨੂੰ ਸਿੱਟ ਦਿਓ ਭਾਈ। ਹਾਂਜੀ 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 ਉਹ ਵੀ ਬੜੀ ਡੇਂਜਰਸ ਆਈ ਆ ਉਹਦੇ ਨਾਲ ਹੁਣ ਪਤਾ ਨਹੀਂ ਪਰਮਾਤਮਾ ਜਾਣੇ ਉਹ ਭਲੀ ਕਰੇ ਉੱਥੇ ਕਿਉਂਕਿ ਉਹਨਾਂ ਨੁਕਸਾਨ ਬਹੁਤ ਹੋ ਸਕਦਾ ਬਹੁਤ ਨੁਕਸਾਨ ਹੋ ਰਿਹਾ ਜੀ। ਔਰ ਜਿਹੜਾ ਇਹਦੇ 'ਚ ਕਿੰਨੀ ਕੁ ਸੱਚਾਈ ਹੈ ਜੀ ਚਲੋ ਹੁਣ ਆਪਾਂ ਗੱਲ ਸ਼ੁਰੂ ਹੋਈ ਹੈ ਵੀ ਜਿਹੜੀ ਇਹ ਖਬਰ ਆਈ ਹੈ ਦੇਖੀ ਸੁਣੀ ਹੋਊਗੀ ਤੁਸੀਂ ਕਹਿੰਦੇ ਜੀ ਸਿੰਗਾਪੁਰ ਯੂਨੀਵਰਸਿਟੀ ਦਾ ਕਹਿੰਦੇ ਕੋਈ ਹੈਗਾ ਜੀ ਉਹਨਾਂ ਨੇ ਸਰਵੇਖਣ ਕੀਤਾ ਅਤੇ 18 ਜੂਨ ਤੱਕ ਭਾਰਤ ਦੇ ਵਿੱਚੋਂ ਕਰੋਨਾ ਜਮ੍ਹਾਂ ਖਤਮ ਹੋ ਜੂ ਨਹੀਂ ਨਹੀਂ ਨੋ ਵੇ ਉੱਥੇ ਤਾਂ
ਉੱਥੇ ਦਾ ਜੋ ਆਪਣੇ ਹਾਲਾਤ ਚੱਲ ਰਹੇ ਆ, ਮੇਰੇ ਤਾਂ ਸਿਆਹ ਇਨਫ ਜੀ ਹੈ ਤਾਂ ਤੁਸੀਂ ਉਹ ਸੈਟਲ ਕਰ ਲੈਣਗੇ ਤਾਂ ਚੰਗੀ ਗੱਲ ਅਲਟੀਮੇਟਲੀ ਤਾਂ ਹੋਏਗਾ ਚਲੋ। ਹਾਂਜੀ ਬਾਕੀ ਪ੍ਰੋਬਲਮ ਕੀ ਆ ਨਾ, ਉੱਥੇ ਇੰਨੀ ਉਹ ਕੇਅਰ ਹੀ ਨਹੀਂ ਕਰ ਰਹੇ, ਉਹ ਜਾਂ ਤਾਂ ਫਾਲੋ ਅਪ ਕਰਨ, ਉਹ ਮੰਤਰੀਆਂ ਨੂੰ ਆਪਣੀ ਪਈ, ਉਹ ਦੂਸਰਿਆਂ ਨੂੰ ਆਪਣੀ ਪਈ। ਉਹ ਆਹ ਦੇਖੋ ਬੜੇ ਬੜੇ ਹੋਰ ਪੁੱਠੇ ਸਿੱਧੇ ਮੁੱਦੇ ਚੱਕਦੇ ਆ, ਇਹ ਨੀ ਉਹਨਾਂ ਨੂੰ ਬਈ ਆਪਣਾ ਪਹਿਲਾਂ ਸੰਭਾਲੋ ਬਈ। ਜੀ ਜੀ ਚਲੋ ਮਿਹਰਬਾਨੀ ਜੀ, ਕਾਲ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਹੈਲੋ ਸਤਿ ਸ਼੍ਰੀ ਅਕਾਲ ਜੀ, ਆਉਂਦੇ ਹੋ ਤੁਸੀਂ ਸੁਰਿੰਦਰ ਜੀ? ਹਾਂ ਬਹੁਤ ਸੋਹਣਾ ਸਰਬੰਧ ਦੀ, ਉਹ ਤਾਂ ਸਰਬੰਧ ਇੱਕੋ ਹੀ ਹੋਇਆ ਦੁਨੀਆ ਦੇ, ਹਨਾ ਜੀ। ਕਿੰਨੀ ਕੁ ਜਾਂ ਕੀ ਜਾਣਕਾਰੀ ਤੁਹਾਡੇ ਕੋਲ ਉਹਦੀ, ਕਿ ਜੇ ਸੁਣੀ ਸੁਣਾਈ ਹੋਵੇ ਕੋਈ ਗੱਲ, ਇੰਨੀ ਹੋਈ ਜਾਂ ਇਹਦੀ ਅੱਗੇ ਪਿੱਛੇ ਦੀ ਕੋਈ ਗੱਲ ਹੈਗੀ ਆ? ਇੱਕ ਚਲੋ ਇਹ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਉਹ ਵਹਿੰਗੀ ਤੇ ਲੈ ਕੇ, ਵਹਿੰਗੀ ਦਾ ਪਤਾ, ਵਹਿੰਗੀ ਕਿਸ ਤਰ੍ਹਾਂ ਦੇ ਬਣਦੀ ਸੀ? ਹਾਂ ਵਹਿੰਗੀ ਫਿਰ ਪੁਰਾਣੇ ਜ਼ਮਾਨੇ 'ਚ ਉਦੋਂ ਵਹਿੰਗੀ ਬਣਾ ਕੇ ਜਿੱਦਾਂ ਵੀ ਉਹ ਲੈ ਕੇ ਜਾਂਦਾ ਸੀ ਨਾ ਕੋਈ ਮਾਂ ਪਿਓ ਨੂੰ, ਤਾਂ ਫਿਰ ਹਾਂ ਬਹੁਤ ਸੋਹਣੀ ਸਟੋਰੀ। ਤਾਂ ਰਾਤ ਨੂੰ ਉੱਥੇ ਛੱਤਾਂ 'ਤੇ ਸੋਈਦਾ ਸੀ ਤੇ ਮਾਂ ਪਿਓ ਬਹੁਤ ਕੁਛ ਦੱਸਦੇ, ਦਾਦੀਆਂ ਦੱਸਦੀਆਂ ਸੀ ਵੀ ਉਹ ਦੇਖੋ ਬਣਿਆ ਹੋਇਆ ਏਦਾਂ ਨਾਲੇ ਗੱਲਾਂ ਕਰਨੀਆਂ ਬੱਚਿਆਂ ਨਾਲ ਨਾਲੇ ਹੌਲੀ ਨਿਆਣੇ ਬੱਚੇ ਨਿਆਣੇ ਲੇਕਿਨ ਮਿਹਰਬਾਨੀ, ਬਹੁਤ ਮਿਹਰਬਾਨੀ। ਬਜ਼ੁਰਗਾਂ ਦੀ ਸੇਵਾ ਦੀ ਗੱਲ ਚੱਲ ਰਹੀ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ, ਆਉਣੇ ਹੋ ਸਰਦਾਰ ਸੁਰਿੰਦਰ ਸਿੰਘ ਜੀ? ਜਗਤਾਰ ਸਿੰਘ ਜੱਗੀ ਸਰਦਾਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਬਹੁਤ ਬਹੁਤ, ਅਤੇ ਜ਼ਰੂਰ ਜਾਣਕਾਰੀ 'ਚ ਪਾਓ ਜੀ, ਵਾਧਾ ਕਰੋ ਜਾਣਕਾਰੀ ਦੇ ਵਿੱਚ ਵੀ। ਹੋਰ ਕੀ ਸੀ ਮੇਰੇ ਖਿਆਲ, ਜਿਹੜਾ ਦਸਰਤ ਵਾਲਾ ਸੀ ਉਹ ਵੀ ਸਰਵਣ ਦੀ ਗੱਲ ਸੀ ਜੀ? ਹਾਂਜੀ ਹਾਂਜੀ, ਸਰਵਣ ਦੇ ਉਹਨਾਂ ਹੀ ਮਾਰਿਆ ਸੀ ਨਾ ਤੀਰ ਦਾ ਨਹੀਂ? ਅੱਛਾ ਹਾਂਜੀ, ਜਿਹੜੀ ਜਾਣਕਾਰੀ ਹੈਗੀ ਕਰੋ ਤਾਂ ਸਾਂਝੀ। ਇੱਕ ਵਹਿੰਗੀ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹੁੰਦਾ ਸਾਡੇ ਦਰਸ਼ਕਾਂ ਕੋਲੋਂ ਜੀ। ਵਹਿੰਗੀ ਹੁੰਦੀ ਜੀ, ਤੁਸੀਂ ਤੱਕੜੀ ਦੇਖੀ? ਤੱਕੜੀ ਤੱਕੜੀ ਤਾਂ ਆਮ ਦੇਖੀ ਹੈ ਜੀ, ਤੱਕੜੀ ਤਾਂ ਥਾਂ ਥਾਂ ਅਕਾਲੀ ਦਲ ਦੀ ਹੁੰਦੀ ਲੱਗੀ ਜਦੋਂ ਵੋਟਾਂ ਹੁੰਦੀਆਂ। ਹਾਂ ਬਸ ਉਹ ਤੱਕੜੀ ਟੈਪ ਹੁੰਦੀ ਆ, ਉਹਦਾ ਜਿਹੜਾ ਉਹ ਲੰਮਾ ਹੁੰਦਾ ਡੰਡਾ, ਤੇ ਇੱਦਾਂ ਹੀ ਦੋ ਛਾਬੇ ਹੁੰਦੇ ਆ ਵਹਿੰਗੀ ਦੇ, ਤੇ ਮੋਢੇ ਤੇ ਫਿਰ ਡੰਡਾ ਰੱਖ ਕੇ ਬੰਦਾ ਤੁਰ ਪੈਂਦਾ ਹੈ ਜੀ। ਨਹੀਂ ਮੈਂ ਥੋੜ੍ਹਾ ਜਿਹਾ ਹੋਰ ਤੁਹਾਨੂੰ ਕਲੀਅਰ ਕਰ ਦਿੰਦਾ ਗੱਲ ਕਰੀ ਹੈ। ਵਹਿੰਗੀ ਮੇਰੇ ਖਿਆਲ ਉਹ ਵਾਂਸ ਦਾ ਬਣਿਆ ਹੁੰਦਾ ਜੀ, ਉਹ ਲਿਪ ਵੀ ਜਾਂਦਾ। ਹਾਂਜੀ ਹਾਂਜੀ, ਬਾਂਸ ਦਾ ਉਹ ਡੰਡਾ ਹੁੰਦਾ ਲੰਮਾ, 5-6 ਫੁੱਟ ਲੰਮਾ ਹੁੰਦਾ ਉਹ, ਤੇ ਦੋਵੇਂ ਛਾਬੇ ਦੋਹੀਂ ਪਾਸੇ ਬਣੇ ਹੁੰਦੇ ਆ। ਫਿਰ ਇੱਕ ਉਹਦੇ ਉੱਪਰ ਜਿੱਥੇ ਛਾਬਾ ਜਿਵੇਂ ਅਸੀਂ ਤੱਕੜੀ ਦਾ ਉਹ ਟੰਗਦੇ ਆ, ਤਿੰਨ ਰੱਸੀਆਂ ਬੰਨੀਆਂ ਹੁੰਦੀਆਂ, ਉੱਥੇ ਕੱਟ ਲਾਇਆ ਹੁੰਦਾ ਉੱਥੇ ਨਾ, ਬੜੇ ਵਧੀਆ ਜਿਹਾ ਵੀ ਤਾਂ ਕਿ ਹਾਂਜੀ, ਕਈਆਂ ਨੇ ਕੱਟ ਲਾਇਆ ਹੁੰਦਾ, ਕਈ ਉੱਥੇ ਕੁੰਡੀ ਜੀ ਵੀ ਬੰਨ ਲੈਂਦੇ, ਉਹ ਕੁੰਡੀ ਵਿੱਚ ਫਿਰ ਰੱਸੀਆਂ ਫਸਾ ਲੈਣੀਆਂ। ਹਾਂ ਵਹਿੰਗੀ ਮੇਰੇ ਖਿਆਲ ਨਾਲ ਜਿਹੜਾ ਪਾਣੀ ਪੂਣੀ ਢੋਣ ਦੇ ਵੀ ਕਾਫੀ ਕੰਮ ਆਉਂਦੀ ਰਹੀ ਪਹਿਲਾਂ। ਜਿੰਨਾ ਅੱਗੇ ਆਪਣੇ ਪਾਣੀ ਢੋਏ ਹੁੰਦੇ ਸੀ ਜਿਹੜੇ ਘੜਿਆਂ 'ਚ ਭਰ ਕੇ ਜਾਂ ਹੋਰ ਡਰਾਮਾ ਬੜਬੜੇ 'ਚ, ਉਹ ਵਹਿੰਗੀ ਏਦਾਂ ਉਹ ਫਿਰ ਸੌਖਾ ਹੋ ਜਾਂਦਾ ਕਿਉਂਕਿ ਬਾਂਸ ਲੱਫਦਾ ਰਹਿੰਦਾ, ਬੰਦੇ ਨੂੰ ਭਾਰ ਨਹੀਂ ਲੱਗਦਾ ਉਹਦਾ। ਅਤੇ ਹਾਂ ਮੋਢੇ 'ਤੇ ਰੱਖ ਕੇ, ਅਤੇ ਮੋਢੇ 'ਤੇ ਰੱਖ ਕੇ, ਹਾਂਜੀ ਹਾਂਜੀ ਮੋਢੇ 'ਤੇ ਰੱਖ ਕੇ ਉਹ ਬਾਂਸ ਫਿਰ ਹਲਾਰੇ ਦਿੰਦਾ ਰਹਿੰਦਾ, ਉਹ ਲੱਫਦਾ ਹੁੰਦਾ ਦੋਹੀਂ ਪਾਸੇ, ਅਤੇ ਉਹ ਚੱਕੀ ਜਾਂਦਾ। ਸਰਬਣ ਵੀ ਆਪਣੇ ਮਾਂ ਪਿਓ ਨੂੰ ਲੈ ਕੇ ਤੁਰਿਆ ਸੀ ਜਦੋਂ, ਫਿਰ ਸਾਰਾ ਹਿੰਦੁਸਤਾਨ ਕਮਾ। ਸੁਰਿੰਦਰ ਜੀ ਥੋੜ੍ਹਾ ਜਿਹਾ ਆਪਾਂ ਥੋੜ੍ਹਾ ਜਿਹਾ ਸੀ ਜਿਹੜੀ ਜਾਣਕਾਰੀ ਹੈਗੀ, ਮੈਂ ਚਾਹੁੰਦਾ ਕੋਈ ਹੋਰ ਕਲੀਅਰ ਜੀ ਕਰ ਦਈਏ। ਸਰਵਣ ਮੇਰੇ ਖਿਆਲ ਉਹਨਾਂ ਨੂੰ ਤੀਰਥ ਯਾਤਰਾ ਤੇ ਲੈ ਕੇ ਨਿਕਲੇ, ਸ਼ਾਇਦ ਕੁਛ ਹੈ ਜਿੰਨੀ ਕਿ ਤੁਹਾਨੂੰ ਜਾਣਕਾਰੀ, ਕੋਈ ਪੜ੍ਹੀ ਸੁਣੀ ਜ਼ਰੂਰ ਸਾਂਝੀ ਕਰੋ। ਹਾਂਜੀ, ਉਹਦੇ ਮਾਂ ਪੇ ਜਿੱਦਾਂ ਅੰਨੇ ਹੋ ਗਏ ਸੀਗੇ, ਤਾਂ ਉਹਨੀ ਫਿਰ ਇੱਕ ਦਿਨ ਉਹਦੀ ਮਾਂ ਨੇ ਸਰਵਣ ਨੂੰ ਦੱਸਿਆ ਵੀ ਅਸੀਂ ਤੈਨੂੰ ਕਿੱਦਾਂ ਕਿੱਦਾਂ ਲਿਆ ਸੀ ਉਹਨੂੰ, ਜਦ ਇਹਦਾ ਜਨਮ ਨਾ ਸੀ ਹੁੰਦਾ, ਤੇ ਉਹ ਜਦੋਂ ਇਹਨਾਂ ਨੂੰ ਵਰ ਮਿਲਿਆ ਸੀ, ਉਹ ਕਹਿੰਦੇ ਵੀ ਜਦੋਂ ਇਹਨੇ ਜੰਮਣਾ ਤੁਸੀਂ ਅੰਨੇ ਹੋ ਜਾਣਾ ਆ। ਅੱਛਾ ਜੀ, ਤੇ ਉਹ ਕਹਿੰਦੇ ਕੋਈ ਨਾ ਅੰਨੇ ਹੋ ਜਾਈਏ, ਪਰ ਪੁੱਤ ਸਾਡੇ ਜ਼ਰੂਰ ਜੰਮੇ। ਤਾਂ ਫਿਰ ਸਰਵਣ ਦਾ ਜਨਮ ਹੋਇਆ, ਤੇ ਦੋਵੇਂ ਇਹਦੇ ਮਾਂ ਪਿਓ ਅੰਨੇ ਹੋ ਗਏ ਸੀ। ਫਿਰ ਜਦ ਇਹ 21-22 ਸਾਲ ਦਾ ਹੋਇਆ, ਤਾਂ ਫਿਰ ਇਹਦੀ ਮਾਂ ਨੇ ਉਹਨੂੰ ਸਾਰੀ ਕਹਾਣੀ ਸੁਣਾਈ ਵੀ ਪੁੱਤ ਤੇਰਾ ਜਨਮ ਇੱਦਾਂ ਹੋਇਆ ਸੀ। ਠੀਕ ਹੈ ਜੀ, ਭਈ ਏਦਾਂ ਸਾਨੂੰ ਸਾਧੂ ਸੰਤ ਕਿਸੇ ਨੇ ਦੱਸਿਆ ਸੀ, ਤਾਂ ਅਸੀਂ ਬਾਹਰ ਫਿਰ ਵੀ ਤੇਰਾ ਛੱਡਿਆ ਨਹੀਂ, ਅੱਖਾਂ ਗੁਆ ਕੇ ਵੀ ਤੈਨੂੰ ਲਿਆ ਸੀ। ਤਾਂ ਫਿਰ ਸਰਵਣ ਨੇ ਵੀ ਮਾੜਾ ਹੋਰ ਰੱਖ ਸਕਦਾ ਜੀ, ਸੌਰੀ। ਹਾਂਜੀ ਹਾਂਜੀ ਜੀ, ਹਾਂ ਕੰਟੀਨਿਊ। ਸਰਵਣ ਨੇ ਫਿਰ ਤਹੀਆ ਕਰ ਲਿਆ ਵੀ ਆਪਣੇ ਮਾਂ ਪਿਓ ਨੂੰ, ਹੁਣ ਮੈਂ ਸਾਰੇ ਤੀਰਥ ਦਿਖਾਲਣੇ ਆ। ਦਿਖਾਲਦੇ ਦਿਖਾਲਦੇ ਫਿਰ ਜਦ ਅਯੁੱਧਿਆ ਦੇ ਉਹ ਮੁੜ ਕੇ ਆ ਰਿਹਾ ਸੀ, ਗਿਆ ਸੀ ਤੇ ਉੱਥੋਂ ਉਹਨਾਂ ਨੂੰ ਉਠਾਲ ਕੇ ਤਾਂ ਪਾਣੀ ਲੈਣ ਗਿਆ ਨਦੀ ਤੋਂ, ਤਾਂ ਉੱਧਰੋਂ ਉਹ ਉੱਪਰੋਂ ਦਸ਼ਰਥ ਨੇ ਮਾਰਿਆ ਤੀਰ, ਤਾਂ ਇਹਦੇ ਲੱਗਾ ਤਾਂ ਉੱਥੇ ਫਿਰ ਡੈਥ ਹੋ ਗਈ ਸੀ ਨਦੀ ਦੇ ਕਿਨਾਰੇ ਹੀ, ਉਦੋਂ ਸਰਾਪ ਮਿਲਿਆ ਫਿਰ ਉਹਨੂੰ। ਹਾਂਜੀ, ਤੇ ਆ ਜਿਹੜੀ ਨਿਰਦਈ ਧਰਤੀ ਆ ਸਾਡੇ ਕੁਰੂਕਸ਼ੇਤਰ ਦੀ, ਇੱਥੇ ਜਦ ਇੱਧਰ ਨੂੰ ਇਹਨਾਂ ਦੇ ਇੱਥੇ ਜਿਹੜੀ ਹਸਤਨਾਪੁਰ ਕਹਿੰਦੇ ਸੀ ਦਿੱਲੀ ਨੂੰ, ਜਿੱਥੇ ਹੁਣ ਲਾਲ ਕਿਲਾ ਆ,
ਜਿਹੜਾ ਲਾਲ ਕਿਲੇ ਦੀ ਧਰਤੀ ਐਡੀ ਨਿਰਦਈ, ਇੱਥੇ ਆ ਕੇ ਸਰਬਣ ਨੇ ਕਿਰਾਇਆ ਮੰਗ ਲਿਆ ਸੀ ਆਪਣੇ ਮਾਂ ਪੇ ਤੋਂ। ਉਹ ਤੁਹਾਡਾ ਭਲਾ ਹੋ ਗਿਆ। ਅੱਛਾ ਜੀ। ਹਾਂਜੀ, ਉਹ ਤੇ ਮਾਂ ਉਹਦੇ ਪੇ ਨੂੰ ਪਤਾ ਸੀ, ਉਹ ਬੜਾ ਸਿਆਣਾ ਸੀ ਸਾਧੂ ਸੰਤਾਂ ਰਹਿੰਦਾ, ਉਹ ਕਹਿੰਦਾ ਕੋਈ ਧਰਤੀ ਦਾ ਫਰਕ ਹੈ ਵੀ ਮੇਰਾ ਪੁੱਤ ਇੱਦਾਂ ਕਰ ਨਹੀਂ ਸਕਦਾ। ਤੇ ਉਹ ਕਹਿੰਦੇ ਚੱਲ ਪੁੱਤ ਗਾਹਾਂ ਉੱਥੇ ਨਾ ਸਾਡਾ ਪੌਂਟਾ ਸਾਹਿਬ ਦੇ ਨੇੜੇ ਉਹ ਇੱਕ ਤੀਰਥ ਆ ਉੱਥੇ ਹਿੰਦੂਆਂ ਦਾ, ਵੀ ਉੱਥੇ ਚੱਲ ਕੇ ਦੇਵੇ ਕੋਈ ਆਪਣੇ ਰਿਸ਼ਤੇਦਾਰ, ਹੁਣ ਇੱਥੇ ਸਾਡੇ ਕੋਈ ਹੈ ਨਹੀਂ ਕਰਾਇਆ ਹਨਾ। ਜਦ ਉੱਥੇ ਗਿਆ ਤਾਂ ਫਿਰ ਸਰਬਣ ਮਾਂ ਪੇ ਦੇ ਪੈਰ ਫੜ ਕੇ ਰੋਣ ਲੱਗ ਪਿਆ ਵੀ ਮੇਰੇ ਤੋਂ ਬੜੀ ਗਲਤੀ। ਉਹ ਕਹਿੰਦੇ ਪੁੱਤ ਤੇਰਾ ਕਸੂਰ ਨਹੀਂ, ਉਹ ਧਰਤੀ ਏਦਾਂ ਦੀ ਨਿਰਦਈ ਆ। ਤਾਂ ਹੀ ਮੋਦੀ ਸਾਹਿਬ ਇਦਾਂ ਕਰਦੇ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬ੍ਰੇਕ ਦਾ ਸਮਾਂ ਹੋ ਗਿਆ ਸੁਰਿੰਦਰ ਜੀ, ਬਾਕੀ ਸੁਣ ਸੁਣ ਦਾ ਆਪਾਂ ਕੰਮ ਜਿਹੜਾ ਕੱਲ੍ਹ ਕਰਾਂਗੇ। ਬ੍ਰੇਕ ਦਾ ਇੱਕ ਸਮਾਂ ਹੋ ਗਿਆ, ਬ੍ਰੇਕ ਤੋਂ ਬਾਅਦ ਫਿਰ ਕਾਲਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਗੱਲ ਮੁੱਕਦੀ ਆ ਕੇ ਇੱਥੇ ਹੈ, ਗੱਲ ਅਸੀਂ ਬੇਸਿਕ ਸਰਵਣ ਦੇ ਥਰੂ ਸ਼ੁਰੂ ਕੀਤੀ ਹੈ, ਪਰ ਗੱਲ ਅੱਜ ਕੱਲ੍ਹ ਦੇ ਸਮਾਜ ਦੀ, ਅੱਜ ਕੱਲ੍ਹ ਦੇ ਸਮੇਂ ਦੀ ਵੀ ਮੈਂ ਜ਼ਰੂਰ ਨਾਲ ਗੱਲ ਕਰਦਾ ਹੁੰਦਾ ਕਿ ਅੱਜ ਕੱਲ੍ਹ ਦਾ ਤੁਹਾਨੂੰ ਕਿਵੇਂ ਲੱਗਦਾ ਹੈ ਸਰਵਣ ਪੁੱਤ ਉਹੋ ਜਿਹੇ ਕਿਉਂ ਨਹੀਂ ਰਹੇ। ਆ ਪੈਸੇ ਮੰਗਣ ਵਾਲੇ ਬਹੁਤ ਹੈਗੇ, ਮਾਂ ਪਿਓ ਤੋਂ ਕਿਰਾਇਆ ਮੰਗਣ ਵਾਲੇ ਤਾਂ ਅੱਜ ਕੱਲ੍ਹ ਵੀ ਹੈਗੇ, ਜਿਹੜੇ ਘਰ ਰੱਖਦੇ ਨੇ ਉਹ ਕਹਿੰਦੇ ਕਿਰਾਇਆ ਦੇ ਦਿਆ ਕਰੋ, ਤੁਹਾਡੀ ਪੈਨਸ਼ਨ ਜਿਹੜੀ ਆਉਂਦੀ ਆ ਉਹ ਸਾਨੂੰ ਦੇ ਦਿਆ ਕਰੋ, ਉਹ ਤਾਂ ਹੈਗੇ ਨੇ, ਬਾਕੀ ਸੇਵਾ ਕਰਨ ਵਾਲੇ ਕਿਉਂ ਨਹੀਂ ਹੈ। ਇਹ ਗੱਲਬਾਤ ਚੱਲ ਰਹੀ ਆ, ਬ੍ਰੇਕ ਲੈਣੀ ਆ, ਬ੍ਰੇਕ ਤੋਂ ਫਿਰ ਹਾਜ਼ਰ ਹੁੰਦੇ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਆ ਜੀ, ਇੱਕ ਵਾਰ ਫਿਰ ਤਾਂ ਫਟਾਫਟ ਕਾਲਾਂ ਵਾਲੇ ਪਾਸੇ ਆਪਾਂ ਚੱਲਦੇ ਹਾਂ। ਨਾਲ ਦੀ ਨਾਲ ਗੱਲ ਜਿਹੜੀ ਸਰਵਣ ਦੀ ਚੱਲ ਰਹੀ ਹੈ, ਸਰਵਣ ਦੀ ਵਹਿੰਗੀ ਗੱਲ ਚੱਲ ਰਹੀ ਹੈ, ਬੜੀ ਮਸ਼ਹੂਰ ਇਹ ਗਾਥਾ ਹੈਗੀ ਆ। ਔਰ ਜਦੋਂ ਅਸੀਂ ਅਸਮਾਨ ਦੇ ਉੱਪਰ ਦੇਖਦੇ ਹਾਂ ਤਾਂ ਸਾਨੂੰ ਵਹਿੰਗੀ ਉਹ ਤਿੰਨ ਤਾਰੇ ਜ਼ਰੂਰ ਦੇਖਿਓ, ਜੇ ਦਰਸ਼ਕਾਂ ਨਹੀਂ ਦੇਖੇ ਤਾਂ ਉਹ ਇਉਂ ਲੱਗਦਾ ਵਹਿੰਗੀ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ, ਕੁਛ ਇਸ ਤਰ੍ਹਾਂ ਦੀ ਹੁੰਦੀ ਹੈ। ਪਿੱਛੇ ਪਰਲਾ ਤਾਂ ਇੱਕ ਹੈਗਾ ਉੱਦਾਂ ਕੋਈ ਬਣਾਇਆ ਹੋਇਆ, ਵਹਿੰਗੀ ਜਿਹੜੀ ਇਹ ਉਰਲੇ ਪਾਸੇ ਹੈਗੀ, ਉਹਨਾਂ ਨੇ ਸਿੱਧਾ ਬਾਂਸ ਦਾ ਡੰਡਾ ਵੈਸੇ ਰੱਖਿਆ ਲੱਗਦਾ, ਅਤੇ ਵਹਿੰਗੀ ਨਾਲ ਨਾਲ ਛਾਬੇ ਬਣਾਏ ਹੋਏ ਨੇ। ਅਦਰਵਾਈਜ਼ ਵਹਿੰਗੀ ਦੇ ਵਿੱਚ ਉੱਪਰ ਕੱਟ ਜਾਂ ਮਾਰ ਕੇ ਉੱਥੇ ਫਸਾ ਦਿੰਦੇ ਸੀ ਤਾਂ ਕਿ ਡਿੱਗੇ ਨਾ। ਕਾਲਾਂ ਸਿਲਸਿਲਾ ਅੱਗੇ ਵਧਾਉਂਦੇ ਹਾਂ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਕੌਣ ਬੋਲਦੇ? ਮੈਂ ਪਰਮਜੀਤ ਸੇਖੋਂ ਬੋਲ ਰਹੀ ਹਾਂ। ਹਾਂਜੀ ਹਾਂਜੀ, ਪਰਮਜੀਤ ਭੈਣ ਜੀ, ਹਾਂਜੀ ਕੀ ਕਹਿਣਾ ਚਾਹੁੰਦੇ? ਹਾਂਜੀ, ਮੈਂ ਦੱਸਣਾ ਸੀਗਾ ਵੀ ਸਰਵਣ ਦੀ ਕਹਾਣੀ ਤਾਂ ਤਕਰੀਬਨ ਸਾਰਿਆਂ ਨੂੰ ਪਤਾ, ਜਦੋਂ ਰਾਮਲੀਲਾ ਸ਼ੁਰੂ ਹੁੰਦੀ ਸੀ ਉਹ ਪਹਿਲਾਂ ਹੀ ਇਹ ਡਰਾਮਾ ਕਰਦੇ ਹੁੰਦੇ ਸੀ ਸਰਵਣ ਕੁਮਾਰ ਦਾ ਸ਼ੁਰੂ ਕਰਨ ਲਈ ਵੀ ਕਿਵੇਂ ਕਹਾਣੀ ਸ਼ੁਰੂ ਹੋਈ ਹੈ ਵੀ ਰਾਜੇ ਦਸ਼ਰਥ ਤੋਂ ਤੀਰ ਲੱਗ ਗਿਆ ਸੀ ਉਹਨੂੰ। ਅੱਛਾ ਅੱਛਾ, ਸਰਵਣ ਕੁਮਾਰ ਨੂੰ। ਹਾਂਜੀ, ਵੀ ਜੰਗਲਾਂ 'ਚ ਖੇਡਦਾ ਸੀ, ਸ਼ਿਕਾਰ ਕਰਨ ਗਿਆ, ਚੰਗਾ ਰਾਜਾ ਸੀ, ਕਿਵੇਂ ਉਹਨੇ ਮਾਂ ਬਾਪ ਦੇ ਪਾਣੀ, ਉਹਨੇ ਕਿਹਾ ਤੜਫਦੇ ਨੇ ਜਾਨ ਦਿੱਤੀ ਵੀ ਇਹ ਪਾਣੀ ਲੈ ਜਾ ਮੇਰੇ ਮਾਪਿਆਂ ਲਈ, ਪਾਣੀ ਲੈ ਕੇ ਗਿਆ ਤੇ ਮਾਪਿਆਂ ਨੇ ਫਿਰ ਸ਼ਰਾਬ ਦਿੱਤਾ ਜਿਵੇਂ ਅਸੀਂ ਪੁੱਤਰ ਦੇ ਵਿਯੋਗ ਚ ਮਰ ਰਹੇ ਆ, ਤੂੰ ਵੀ ਐਵੇਂ ਮਰੇ। ਫਿਰ ਅੱਗੇ ਕਹਾਣੀ ਮਤਲਬ ਤੁਕਬੰਦੀ ਨਾਲ ਚੱਲਦੀ ਗਈ ਜੀ, ਉਹ ਵੀ ਪੁੱਤਰ ਦੇ ਵਿਯੋਗ ਰਾਮ ਚੰਦਰ ਦੇ ਬਨਵਾਸ ਤੋਂ ਬਾਅਦ ਮਰਿਆ। ਇਸ ਤਰ੍ਹਾਂ ਮਤਲਬ ਇਹ ਕਹਾਣੀ ਸ਼ੁਰੂਆਤ ਕਰਦੇ, ਰਾਮਲੀਲਾ ਇੱਦਾਂ ਹੀ ਕਰਦੇ ਹੁੰਦੇ ਆ। ਹਾਂਜੀ ਹਾਂਜੀ। ਪਰ ਦੂਜਾ, ਹਾਂਜੀ, ਤੁਹਾਡਾ ਸਵਾਲ ਹੈ, ਇੱਕ ਤੁਸੀਂ ਜਿਹੜਾ ਵਰਡ ਯੂਜ ਕਰਦੇ ਨਾ ਵਹਿੰਗੀ, ਉਹ ਵੈਸੇ ਵਹਿੰਗੀ ਕਹਿਣ ਲੱਗ ਗਏ, ਵੈਸੇ ਐਕਚੁਲੀ ਉਹ ਬਹਿੰਗੀ ਬੱਬੇ ਨਾਲ ਹੈ ਜਿਹਦੇ ਚ ਬੈਠਿਆ ਜਾਂਦਾ, ਬਹਿੰਦੇ ਨੇ ਲੋਕ। ਹਾਂਜੀ, ਉਹ ਫਿਰ ਹੌਲੀ ਹੌਲੀ ਆਪਣੇ ਸ਼ਬਦਾਂ ਚੇਂਜ ਹੁੰਦੀਆਂ, ਵਹਿੰਗੀ ਲੱਗ ਗਏ ਕਹਿਣ, ਉਹ ਬਹਿੰਗੀ ਹੁੰਦੇ ਸੀ ਜਿਹਦੇ ਚ ਬਹਿ ਸਕੇ, ਛੋਟੇ ਬੱਚਿਆਂ ਨੂੰ ਵੀ ਲਿਜਾਣਾ, ਕੋਈ ਪੰਘੂੜੇ ਲਿਜਾਣੇ ਆ ਚੱਕ ਕੇ ਘਨੇੜੀ ਤੋਂ ਲਿਜਾਣਾ, ਤਾਂ ਬਹਿੰਗੀ ਹੁੰਦੀ ਸੀ, ਜਦੋਂ ਬਹਿੰਗੀ ਦਾ ਸਮਾਨ ਨਵੇਂ ਵਰਤਣ ਲੱਗ ਗਏ ਢੋਲ ਨੂੰ ਚੀਜ਼ਾਂ। ਉਹਦਾ ਵੀ ਕਹਿੰਦੇ, ਉਹਦਾ ਵੀ ਇੱਕ ਟੈਕਨੀਕਲ ਹੁੰਦਾ ਸੀ ਉਹਨੂੰ ਚੱਕਣ ਵਾਸਤੇ, ਆਮ ਬੰਦਾ ਨਹੀਂ ਚੱਕ ਸਕਦਾ ਸੀ ਉਹਨੂੰ, ਟੈਕਨੀਕਲ ਸਟੈਪ ਜਿਹੜਾ ਚੱਕਣਾ, ਕਿਹੜਾ ਪੈਰ ਸੱਜਾ ਜਾਂ ਖੱਬਾ ਪਹਿਲਾਂ ਚੱਕਣਾ, ਉਹ ਟੈਕਨੀਕਲੀ ਚੱਕਣਾ ਪੈਂਦਾ ਸੀ ਤੇ ਫਿਰ ਉਹ ਬੈਲੈਂਸ ਬਣ ਜਾਂਦਾ ਸੀ ਫਿਰ। ਹਾਂਜੀ ਹਾਂਜੀ। ਜਿੱਦਾਂ ਤੁਸੀਂ ਸਵਾਲ ਪੁੱਛਿਆ ਵੀ ਹੁਣ ਹੁਣ ਸਰਵਣ ਕੁਮਾਰ ਵਰਗੇ ਪੁੱਤਰ ਕਾਹਤੋਂ ਨਹੀਂ ਹੈ, ਮੇਰਾ ਖਿਆਲ ਹੈ ਵੀ ਇਹ ਹੁਣ ਵੀ ਹੈਗੇ ਆ, ਉਦੋਂ ਵੀ ਸਾਰੇ ਸਰਵਣ ਕੁਮਾਰ ਨਹੀਂ ਸੀਗੇ। ਜੇ ਆਪਾਂ ਦੇਖੀਏ ਇਹਦੇ ਮਾਪੇ ਅੰਨੇ ਸੀ ਤਾਂ ਸਰਵਣ ਕੁਮਾਰ ਸਰਵਣ ਸੀ ਜਿਹੜਾ, ਇਹਨੇ ਕਿੱਦਾਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਆਇਆ ਹਰ ਕੋਈ ਯਾਦ ਕਰਦਾ। ਦੂਜੇ ਪਾਸੇ ਦੁਰਯੋਧਨ ਸੀ, ਉਹਦੇ ਮਾਪੇ ਅੰਨੇ ਸੀਗੇ, ਤੇ ਉਹਨੇ ਮਤਲਬ ਕਿਹੋ ਜਿਹੇ ਪੁੱਠੇ ਕੰਮ ਕੀਤੇ ਕਿ ਦੁਨੀਆਂ ਜਿਹੜੀ ਆ ਉਹ ਕੋਈ ਆਪਣੇ ਬੱਚੇ ਦਾ ਨਾਮ ਦੁਰਯੋਧਨ ਨਹੀਂ ਰੱਖਦਾ। ਸਰਵਣ ਬਹੁਤ ਬੱਚੇ ਦਾ ਨਾਮ, ਮੇਰੇ ਫਾਦਰ ਸਾਹਿਬ ਦਾ ਨਾਮ ਸਰਵਣ ਸਿੰਘ ਸੀ, ਸਰਵਣ ਸਿੰਘ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਆ ਇਹ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ, ਹਰ ਕਾਲ ਦੇ ਵਿੱਚ ਉਦੋਂ ਵੀ ਸੀਗੇ ਸਰਵਣ ਵਰਗੇ ਪੁੱਤਰ, ਇਹ ਆਉਂਦੇ ਨੇ ਸੰਸਕਾਰ ਨਾਲ, ਜਿਹੋ ਜਿਹੇ ਪਰਿਵਾਰ ਦੇ ਸੰਸਕਾਰ ਹੈ ਉਹ ਜੇ ਬੱਚੇ ਬਣ ਜਾਂਦੇ ਨੇ। ਹੁਣ ਵੀ ਬਥੇਰੇ ਸਰਵਣ ਹੈਗੇ ਨੇ ਤੇ ਬਥੇਰੇ ਦੁਰਯੋਧਨ ਵੀ ਹੈਗੇ ਨੇ ਤੇ ਔਰੰਗਜ਼ੇਬ ਵਰਗੇ ਵੀ ਹੈਗੇ ਜਿਹੜੇ ਆਪਣੇ ਪਿਓ ਨੂੰ ਆਪਣੇ ਉਹਦੇ ਪੁੱਤ ਦਾ ਸੀਸ ਕੱਟ ਕੇ ਥਾਲੀ ਚ ਪਾ ਕੇ ਪਰੋਸ ਕਰਨ ਵਾਲੇ ਨੇ। ਉਦੋਂ ਵੀ ਜੀ ਕੰਸ ਸੀ, ਦੇਖੋ ਕ੍ਰਿਸ਼ਨ, ਕ੍ਰਿਸ਼ਨ ਤਾਂ ਪਹਿਲਾਂ ਹੋਇਆ ਰਾਮ ਚੰਦਰ ਤੋਂ, ਉਦੋਂ ਉਹਦਾ ਅਵਤਾਰ, ਇਹ ਮਤਲਬ ਇਹ ਚੱਲਦੇ ਆਏ ਨੇ ਪਾਪ ਪੁੰਨ ਸੱਤ ਸੱਤ ਬੜੀਆਂ ਮੁੱਦਤਾਂ ਤੋਂ। ਸੋ ਇਹ
ਚੱਲਦੇ ਰਹਿਣੇ, ਉਮੜਾਉਂਦੇ ਰਹਿਣੇ, ਜਾਂਦੇ ਰਹਿਣੇ। ਜੀ ਬਹੁਤ ਮਿਹਰਬਾਨੀ ਭੈਣ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ 720 ਏਰੀਆ ਕੋਡ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਜੀ? ਗਰਮਰ ਤੋਂ ਬੋਲਦੇ ਆ ਜੀ। ਹਾਂਜੀ ਹਾਂਜੀ, ਅੱਛਾ, ਸਤਿ ਸ਼੍ਰੀ ਅਕਾਲ ਬੇਟੇ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਜੀ, ਆਸ਼ੀਰਵਾਦ ਤੁਹਾਡਾ। ਹਾਂਜੀ ਹਾਂਜੀ, ਜਿਹੜੀ ਸਰਵਨ ਦੀ ਮਾਂ ਸੀ ਨਾ, ਉਹ ਦਸ਼ਰਥ ਦੀ ਭੈਣ ਸੀ ਲੱਗਦੀ। ਅੱਛਾ ਜੀ। ਹਾਂ, ਉਹਦੀ ਭੈਣ ਲੱਗਦੀ ਸੀ। ਉਹ ਜਦੋਂ ਹੁਣ ਜਾਂਦਾ ਸੀ ਤਾਂ ਉਹ ਕਹਿੰਦੇ ਸਾਨੂੰ ਪਿਆਸ ਲੱਗੀ, ਸਾਨੂੰ ਪਾਣੀ ਪਿਲਾ। ਹਾਂਜੀ। ਤੇ ਉਹ ਜਦੋਂ ਪਾਣੀ ਲੈਣ ਗਿਆ, ਉਹਨੇ ਦਸ਼ਰਥ ਨੇ ਜੱਗ ਕਰਨਾ ਸੀ, ਪਾਣੀ ਜੂਠਾ ਨਹੀਂ ਕਰਨ ਦਿੰਦਾ ਸੀ। ਉਹ ਅੱਛਾ ਅੱਛਾ, ਉਹਨੇ ਪਹਿਰਾ ਲਾਇਆ, ਉਹਨੇ ਪਹਿਰਾ ਲਾਇਆ ਹੋਇਆ ਸੀ। ਉਹ ਜਦੋਂ ਉਹਨੇ ਨਾ, ਸਰਵਨ ਨੇ ਗੜਵੀ ਭਰੀ ਵਿੱਚੋਂ ਗੜਗੜ ਦੀ ਆਵਾਜ਼ ਆਈ, ਉਹਨੇ ਕਿਹਾ ਕੋਈ ਜਾਨਵਰ ਆ ਪਾਣੀ ਪੀਂਦਾ। ਉਹਨੇ ਜਦੋਂ ਮਾਰਿਆ ਹਨਾ ਤੀਰ, ਤੇ ਉਹਦੇ ਲੱਗ ਗਿਆ ਸਰਵਨ ਦੇ। ਤੇ ਜਦੋਂ ਦੇਖਿਆ, ਉਹਨੇ ਹਾਏ ਹਾਏ ਕੀਤੀ, ਤਾਂ ਉਹ ਕਹਿੰਦਾ ਇਹ ਤਾਂ ਕੋਈ ਬੰਦਾ ਮੇਰੇ ਕੋਲ ਮਰ ਗਿਆ। ਜਦ ਦੇਖਿਆ ਤਾਂ ਉਹ ਕਹਿੰਦਾ ਇਹ ਤਾਂ ਮੇਰਾ ਭਾਣਜਾ ਹੀ ਸੀ। ਪਾਣੀ ਲੈ ਕੇ ਗਿਆ ਤਾਂ ਉਹ ਕਹਿੰਦਾ ਪਾਣੀ ਪੀ ਲੋ। ਉਹ ਕਹਿੰਦਾ ਤੂੰ ਕੌਣ ਬੋਲਦਾ? ਕਹਿੰਦਾ ਮੈਂ ਸਰਵਨ। ਕਹਿੰਦਾ ਨਹੀਂ, ਸਰਵਨ ਨਹੀਂ ਤੂੰ, ਤੂੰ ਤੇਰੀ ਆਵਾਜ਼ ਨੀ ਸਰਵਨ ਵਾਲੀ। ਤੇ ਫਿਰ ਉਹ ਕਹਿੰਦਾ ਵੀ ਕਿੱਥੇ ਆ ਉਹ? ਫਿਰ ਇਹਨਾਂ ਨੇ ਦੱਸਿਆ ਵੀ ਮੇਰੇ ਕੋਲ ਤੀਰ ਲੱਗ ਗਿਆ। ਜੀ ਜੀ ਜੀ। ਤੇ ਫਿਰ ਹਨਾ ਉਹਨੇ ਫਿਰ ਸ਼ਰਾਫ ਦਿੱਤਾ ਫਿਰ ਦਸ਼ਰਥ ਉਹਦੀ ਮਾਂ ਨੇ। ਬਿਲਕੁਲ ਜੀ, ਕਹਿੰਦੀ ਏਦਾਂ ਹੀ ਜਿੱਦਾਂ ਮੈਂ ਆਪਣੇ ਪੁੱਤ ਦੇ ਵਿਯੋਗ ਵਿੱਚ ਮਰਦੇ ਹਾਂ ਨਾ, ਵੀ ਏਦਾਂ ਹੀ ਤੂੰ ਮਰੂਗਾ। ਜੀ ਜੀ। ਫਿਰ ਉਹ ਜਦੋਂ ਕੀ ਉਹਦਾ ਨਾਮ, ਮੈਨੂੰ ਉਹਦਾ ਮੁੰਡਾ ਜਦੋਂ ਹਨਾ ਗਿਆ ਬਨਵਾਸ ਚ, ਹਾਂ ਬਨਵਾਸ ਚ ਗਿਆ, ਤਾਂ ਉਹ ਫਿਰ ਕੋਠੇ ਤੇ ਚੜ ਕੇ ਦੇਖਦਾ ਰਿਹਾ, ਜਦੋਂ ਜਿਸਨੂੰ ਹਟ ਗਿਆ ਤਾਂ ਉੱਥੋਂ ਫਿਰ ਉਹ ਮਰ ਗਿਆ। ਬਹੁਤ ਮਿਹਰਬਾਨੀ ਜੀ, ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ, ਕਾਫੀ ਜਾਣਕਾਰੀ ਦਿੱਤੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਰਦਾਰ ਗੁਰਮੇਲ ਸਿੰਘ ਜੀ, ਧੀਰ ਸਾਹਿਬ। ਹਾਂਜੀ, ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਤੇ ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਕੀ ਪਹਿਲਾਂ ਮਾਹੌਲ ਦਾ ਅਸੀਂ ਅਪਡੇਟ ਕਰਦੇ ਹੁੰਦੇ ਥੋੜ੍ਹਾ ਜ਼ਰੂਰ ਕੈਨੇਡਾ ਦਾ? ਮਾਹੌਲ ਸਾਡੇ ਹੁਣ ਠੀਕ ਹੀ ਹੋ ਰਿਹਾ ਜੀ, ਚਲੋ ਠੀਕ ਹੋ ਜਾਏ। ਐਗਜ਼ੈਕਟ ਟੈਂਪਰੇਚਰ ਵੀ ਕਾਫੀ ਹਾਈ ਸੀ, ਗਰਮੀ ਵਾਵਾ ਸੀ ਇੱਥੇ, ਤੇ ਵੈਕਸੀਨੇਸ਼ਨ ਵੀ ਬੜੀ ਕਈਆਂ ਜਗ੍ਹਾ ਤੇ ਤਾਂ ਦਿਨ ਰਾਤ ਲੱਗ ਰਹੀ ਹੈ 24 ਘੰਟੇ ਜੀ। ਤੇ ਅੱਛਾ, ਜਿਹੜੀ ਆ ਖਬਰ ਭਾਰਤ ਬਾਰੇ ਹੈਗੀ ਵੀ 18 ਜੂਨ ਤੱਕ ਸਾਰਾ ਕੁਝ ਖਤਮ ਹੋ ਜੂ, ਤੇ ਇਹ ਚ ਕਿੰਨੀ ਸਚਾਈ ਲੱਗਦੀ ਹੈ? ਨਹੀਂ 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 ਨਹੀਂ, ਇਹ ਤਾਂ ਐਵੇਂ ਕਿਸੇ ਨੇ ਹਵਾ ਉਡਾਈ ਆ, ਕਿੱਥੋਂ ਖਤਮ ਹੋ ਜੂਗਾ ਤੁਹਾਡੇ ਸਾਹਮਣੇ ਹੀ ਆ ਜੋ ਕੁਛ ਹੈਗਾ। ਇਹ ਫਿਰ ਚੈਨਲਾਂ ਵਾਲੇ ਨੇ ਜੀ ਆਪਣਾ ਉਹ ਕਰਨ ਵਾਸਤੇ, ਕਈ ਜਿਹੜੇ ਆਹ ਛੋਟੇ ਛੋਟੇ ਚੈਨਲ ਨੇ ਫੇਸਬੁੱਕ ਵਾਲੇ ਜੇ, ਉਹ ਵੀ ਸਾਨੂੰ ਵੀ ਦੁੱਖ ਦੇਖਣ ਇਹੋ ਜਿਹੀ ਖਬਰ ਫੈਲਾ ਦਿੰਦੇ ਨੇ। ਮੈਂ ਵੈਸੇ, ਤੁਸੀਂ ਅੱਜ ਚਲੋ ਸਰਵਣ ਪੁੱਤਰਾਂ ਦੀ ਗੱਲ ਕਰ ਰਹੇ, ਮੈਂ ਬਲੈਕ ਸੰਗ ਬਾਰੇ ਕਾਫੀ ਸਰਚ ਕੀਤੀ ਆ, ਉਹਦੀ ਮੈਂ ਗੱਲ ਕਰਨੀ ਚਾਹੁੰਦਾ ਸੀ, ਉਹ ਮੈਂ ਸ਼ਾਇਦ ਮੰਡੇ ਨੂੰ ਕਰੂੰਗਾ। ਨਹੀਂ ਕਰ ਲਓ ਤੁਸੀਂ, ਕੋਈ ਨਹੀਂ, ਆਪਾਂ ਦੇਖੋ ਜੀ ਬਲੈਕ ਫੰਗਸ ਅਗਰ ਕੋਈ ਉਹਦੇ ਚੋਂ ਕਿਸੇ ਨੂੰ ਕੋਈ ਫਾਇਦਾ ਹੁੰਦਾ ਤੇ ਆਪਾਂ ਨੂੰ ਅੱਜ ਕਰ ਲੈਣੀ ਚਾਹੀਦੀ, ਕੋਈ ਚੱਕਰ ਨਹੀਂ। ਇਹ ਦੇਖੋ ਬਲੈਕ ਫੰਗਸ, ਕਈ ਬਹੁਤਿਆਂ ਨੂੰ ਨਹੀਂ ਪਤਾ, ਇਹ ਕਾਲੀ ਉੱਲੀ ਹੁੰਦੀ ਆ। ਕਾਲੀ ਉੱਲੀ, ਠੀਕ ਹੈ ਜੀ। ਹਵਾ ਦੇ ਵਿੱਚ ਅੱਜ ਕੱਲ੍ਹ ਕਿਉਂਕਿ ਅਸੀਂ ਵਾਤਾਵਰਨ ਬੜਾ ਖਰਾਬ ਕਰ ਦਿੱਤਾ, ਇਹਦੇ ਵਿੱਚ ਕਾਫੀ ਕੁਛ ਗਲਤ ਚੀਜ਼ਾਂ ਰਲ ਗਈਆਂ, ਕਾਲੀਆਂ ਚੀਜ਼ਾਂ ਵੀ ਰਲ ਗਈਆਂ ਮੌਸਮ, ਤੇ ਜਾਂ ਕਦੇ ਅਸੀਂ ਇੰਡੀਆ ਦੇ ਵਿੱਚ ਕਣਕ ਦੇ ਜਿਹੜੀ ਪਰਾਲੀ ਸਾੜੀ ਜਾਂਦੀ ਆ, ਜਦੋਂ ਤੁਸੀਂ ਦੇਖੋ ਪਰਾਲੀ ਸਾੜੀ ਜਾਂਦੀ ਆ ਤੁਹਾਨੂੰ ਦਮਾ ਹੋ ਜਾਂਦਾ, ਖਾਂਸੀ ਹੋ ਜਾਂਦੀ ਆ, ਨੱਕ ਦੇ ਰਾਹੀਂ ਮੂੰਹ ਦੇ ਰਾਹੀਂ ਚਲਾ ਜਾਂਦਾ ਤੇ ਫੇਫੜਿਆਂ ਤੇ ਨੁਕਸਾਨ ਹੋ ਜਾਂਦਾ। ਅੱਛਾ, ਨੱਕ ਦੇ ਵਿੱਚ ਅਗਰ ਇਹ ਜ਼ਿਆਦਾ ਚੀਜ਼, ਜਦੋਂ ਆਪਾਂ ਬਰੈਡਾਂ ਦੇਖੋ ਉਹਨਾਂ ਨੂੰ ਉੱਲੀ ਲੱਗ ਜਾਂਦੀ ਆ, ਦਾਲਾਂ ਪਈਆਂ ਰਹਿਣ ਪੁਰਾਣੀਆਂ ਉਹਨਾਂ ਨੂੰ ਉੱਲੀ ਲੱਗ ਜਾਂਦੀ ਆ, ਜਾਂ ਹੋਰ ਚੀਜ਼ਾਂ ਨੂੰ ਸਬਜ਼ੀ ਦੇ ਵਿੱਚ ਕੋਈ ਉੱਲੀ ਲੱਗ ਜਾਂਦੀ ਆ, ਉਹ ਕਈ ਲੋਕ ਖਾ ਲੈਂਦੇ ਨੇ, ਇਹ ਅੰਦਰ ਚਲਿਆ ਜਾਂਦਾ, ਤੁਹਾਡੇ ਫੇਫੜੇ ਖਰਾਬ ਹੋ ਜਾਂਦੇ ਆ, ਤੇ ਨੱਕ ਦੇ ਰਾਹੀਂ ਸਾਹ ਨਾਲ ਚਲਿਆ ਜਾਂਦਾ। ਆਪਾਂ ਇਸੇ ਕਰਕੇ ਨੱਕ ਨੂੰ ਆਮ ਤੌਰ ਤੇ ਸਾਫ਼ ਕਰਦੇ ਰਹਿੰਦੇ ਹਾਂ। ਅੱਛਾ, ਜ਼ਿਆਦਾ ਦੇਰ ਆਕਸੀਜਨ ਲੱਗਣ ਨਾਲ ਇਹਦੇ ਵਿੱਚ ਤੁਹਾਡੇ ਨੱਕ ਦੇ ਵਿੱਚ ਜਿਹੜੇ ਕਾਲੀ ਉੱਲੀ ਆ ਨਾ, ਉਹ ਜਮ੍ਹਾਂ ਹੁੰਦੀ ਆ, ਉਹ ਬਾਹਰ ਨਹੀਂ ਨਿਕਲਦੀ, ਜ਼ਿਆਦਾ ਦੇਰ ਆਕਸੀਜਨ ਲੱਗੀ ਜਾਂਦੀ ਆ, ਫਿਰ ਇਹ ਤੁਹਾਡੇ ਦਿਮਾਗ 'ਚ ਜਾ ਵੜਦਾ ਬਲੈਕ ਸੰਗ, ਉਹਦੇ ਨਾਲ ਬੰਦਾ ਪਾਗਲ ਵੀ ਹੋ ਜਾਂਦਾ ਤੇ ਅੰਨਾ ਵੀ ਹੋ ਜਾਂਦਾ, ਅੱਖਾਂ ਦੀ ਰੋਸ਼ਨੀ ਜਾਂਦੀ ਹੈ ਮੇਰੇ ਖਿਆਲ ਜ਼ਿਆਦਾ। ਹਾਂਜੀ, ਅੱਖਾਂ ਦੀ ਰੋਸ਼ਨੀ ਚੱਲੀ ਹੈ, ਬੜੀ ਖਤਰਨਾਕ ਹੈ, ਤੇ ਉਹਦੇ ਨਾਲ ਬੰਦੇ ਦੀ ਕਈ ਦਫ਼ਾ ਡੈਥ ਵੀ ਹੋ ਜਾਂਦੀ ਆ।
ਜੀ ਹਾਂਜੀ ਬਹੁਤ ਖਤਰਨਾਕ ਹੈ ਜਾਣਕਾਰੀ ਤੁਸੀਂ ਦਿੱਤੀ ਵਧੀਆ ਕੀਤਾ ਜੀ ਵਧੀਆ ਕੀਤਾ ਪਰ ਇਹਦਾ ਬਚਾਅ ਕੋਈ ਦੱਸਦੇ ਹੋ ਤੁਸੀਂ ਤੁਹਾਡੇ ਹਿਸਾਬ ਨਾਲ ਅਗਰ ਹੁਣ ਜਿਹੜੀ ਆਕਸੀਜਨ ਲੱਗੀ ਹੈ ਤਾਂ ਦੇਖੋ ਜੀ ਇਹ ਆ ਵੈਕਸੀਨ ਲਵਾਉਣ ਇੰਡੀਆ ਦੇ ਲੋਕ ਬਹਿਲੀ ਲੋਕ ਨੇ ਉੱਥੇ ਦੇ ਪੁੱਠੇ ਪਾਸੇ ਤੁਰੇ ਹੋਏ ਨੇ ਕੋਈ ਜਲ ਛਿੜਕਦਾ ਕੋਈ ਨਿੰਮ ਦੇ ਪੱਤਿਆਂ ਨਾਲ ਕਰਦਾ ਵੀ ਦੱਸੋ ਕੀ ਇਹ ਨੌਨਸੈਂਸ ਆ ਇਹ ਜਿਹੀਆਂ ਗੱਲਾਂ ਕਰਦੇ ਨੇ ਫੋਟੋ ਦਿਖਾਈ ਉਹਨੇ ਗੋਆ ਹੀ ਪੂਰੇ ਸਰੀਰ ਤੇ ਇੱਕ ਲਿਪਿਆ ਹੁੰਦਾ ਉਹਨੇ ਪੱਥਿਆ ਹੋਇਆ ਪਿਸ਼ਾਬ ਪੀਣਾ ਗਾਂ ਦਾ ਜਾਂ ਕਿਸੇ ਦਾ ਵੀ ਇਹ ਸਿੱਧਾ ਤੁਹਾਡੇ ਕਿਡਨੀ ਨੂੰ ਜਾ ਕੇ ਖਰਾਬ ਕਰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਥੋੜੇ ਲਫ਼ਜ਼ਾਂ ਚ ਆਪਣਾ ਧੀਰ ਸਾਹਿਬ ਇਹਦੀ ਵੀ ਅੱਜ ਦੇ ਵਿਸ਼ੇ ਦੀ ਵੀ ਥੋੜੀ ਜੀ ਗੱਲ ਜ਼ਰੂਰ ਕਰ ਦਿਓ ਹਾਂਜੀ ਸਰਵਣ ਦੇਖੋ ਇਹ ਰਾਜੇ ਦਸ਼ਰਥ ਦੀ ਇਹਦੀ ਮਾਂ ਸਕੀ ਭੈਣ ਸੀ ਹਾਂ ਜਿਵੇਂ ਦੱਸਿਆ ਸਾਡੇ ਕਾਦਰ ਨੇ ਹਾਂਜੀ ਹਾਂਜੀ ਸਕੀ ਭੈਣ ਸੀ ਕਿਉਂਕਿ ਮੈਂ ਤਾਂ ਰਾਮਲੀਲਾ ਬੜੀ ਦੇਖੀ ਆ ਔਰ ਰਮਾਇਣ ਦੇ ਵਿੱਚ ਮੈਂ ਰਮਾਇਣ ਵੀ ਸੁਣੀ ਆ ਤੇ ਉਹਦੇ ਵਿੱਚ ਬੈਂਗੀ ਲਿਖਿਆ ਗਿਆ ਬੈਂਗੀ ਬੱਬੇ ਨਾਲ ਹਾਂਜੀ ਬੱਬੇ ਨਾਲ ਇਹ ਬੈਂਗੀ ਸ਼ਬਦ ਹੁੰਦਾ ਸੀ ਬਾਅਦ ਦੇ ਵਿੱਚ ਵਿਗੜਦਾ ਇਹ ਮੋਢੇ ਤੇ ਰੱਖ ਕੇ ਦੋਨੋਂ ਬੈਲੈਂਸ ਕਰਕੇ ਅੱਗੇ ਕਈ ਵਾਰੀ ਪਾਣੀ ਵੀ ਦੋਨੋਂ ਪਾਸੇ ਪੀਪੇ ਜਾਂ ਪਾਣੀ ਦੀਆਂ ਭਰ ਕੇ ਆਪਣੇ ਹੁੰਦੀਆਂ ਸੀਗੀਆਂ ਘੜੇ ਵਗੈਰਾ ਵੀ ਮੇਰੇ ਖਿਆਲ ਕਰ ਲੈਂਦੇ ਸੀ ਘੜੇ ਵੀ ਸਭ ਕੁਛ ਜਾਂ ਚਮੜੇ ਦੇ ਜਿਹੜੇ ਬਣੇ ਹੁੰਦੇ ਸੀ ਉਹਨਾਂ ਦੇ ਨਾਲ ਬੰਨ ਕੇ ਫੇਰ ਉਹ ਨਾਨੀ ਮਸਕਾਂ ਉਹ ਵੀ ਲੋਕੀ ਪਾਣੀ ਅੱਗੇ ਢੋਂਦੇ ਹੁੰਦੇ ਸੀ ਖਾਸ ਕਰਕੇ ਜਿਹੜੇ ਆਪਣੇ ਝੋਰ ਲੋਕ ਨੀ ਹੁੰਦੇ ਝੋਰ ਹਾਂਜੀ ਝੋਰੇ ਪਾਣੀ ਦੀ ਸੇਵਾ ਕਰਦੇ ਹੁੰਦੇ ਸੀ ਹਾਂਜੀ ਤੇ ਮੇਰੇ ਖਿਆਲ ਸਮਾਨ ਸਮੂਨ ਵੀ ਇਧਰ ਉਧਰ ਲਿਆਉਣ ਵਿੱਚ ਕਾਫੀ ਸਹਾਈ ਹੁੰਦਾ ਸੀਗਾ ਇਕੱਠਾ ਸਮਾਨ ਵੀ ਲਿਆਉਂਦੇ ਸੀ ਇਹ ਫਿਰ ਜਦੋਂ ਇਹ ਜਵਾਨ ਹੋਇਆ ਤਾਂ ਮਾਂ ਬਾਪ ਕਹਿੰਦੇ ਵੀ ਬੇਟਾ ਹੁਣ ਤੂੰ ਸਾਨੂੰ ਤੀਰਥ ਲੈ ਜਾ ਜਿੱਦਾਂ ਪਹਿਲਾਂ ਸੁਰਿੰਦਰ ਸਿੰਘ ਦੱਸ ਚੁੱਕੇ ਨੇ ਜਨਮ ਵੇਲੇ ਇਹ ਇੰਨੇ ਹੋ ਗਏ ਸੀ ਤੇ ਮੈਂ ਗੱਲ ਕਰਨੀ ਲੰਬੀ ਨੀ ਕਰਨਾ ਚਾਹੁੰਦਾ ਹਾਂਜੀ ਫਿਰ ਉੱਥੇ ਜਦੋਂ ਇਹ ਸਰਵਣ ਇਹਦੇ ਮਾਂ ਬਾਪ ਨੂੰ ਪਿਆਸ ਲੱਗੀ ਤਾਂ ਇੱਕ ਤਲਾਅ ਦੇ ਨੇੜੇ ਜਾ ਕੇ ਉਹ ਪਾਣੀ ਲੈਣ ਲੱਗਿਆ ਜੀ ਧੀਰ ਸਾਹਿਬ ਆਪਾਂ ਇਹ ਆਪਾਂ ਨੂੰ ਸਾਡੇ ਦੋ ਤਿੰਨ ਕਾਲਰਾਂ ਨੇ ਦੱਸਤਾ ਸੀਗਾ ਤੇ ਅਸੀਂ ਚਲੋ ਸੋਮਵਾਰ ਗੱਲ ਕਰਾਂਗੇ ਸੇਵਾ ਦੀ ਹਾਂਜੀ ਓਕੇ ਮਿਹਰਬਾਨੀ ਥੈਂਕ ਯੂ ਬਹੁਤ ਮਿਹਰਬਾਨੀ ਨਾਲ ਨਾਲ ਬ੍ਰੇਕ ਲੈਂਦੇ ਹਾਂ ਜੀ ਇੱਕ ਵਾਕਈ ਇਹ ਗੱਲ ਲੰਬੀ ਜਿਹੜੀ ਹੈ ਨਿਕਲ ਜਾਂਦੀ ਹੈ ਬ੍ਰੇਕ ਤੋਂ ਬਾਅਦ ਨਿਕਲ ਜਾਂਦੀ ਹੈ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੋ ਜਸ ਪੰਜਾਬ ਜੀ ਥੋੜ੍ਹਾ ਸਮਾਂ ਹੈਗਾ ਨਾਲ ਦੀ ਨਾਲ ਆਪਾਂ ਇੱਕ ਅੱਧੀ ਕਾਲ ਹੋਰ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਜੀ ਸੁਰਿੰਦਰ ਜੀ ਹਾਂਜੀ ਇੱਕ ਮਿੰਟ ਭਾਈ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂਜੀ ਅਤੇ ਮੈਂ ਨਾ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਵੀ ਇੱਕ ਮਿੰਟ ਅਤੇ ਉਹ ਜਿਵੇਂ ਹੁਣ ਉਹ ਗੋਹੇ ਦੀ ਗੱਲ ਕੀਤੀ ਆ ਮਤਲਬ ਪੀਣ ਦੀ ਗੱਲ ਆ ਪਿਸ਼ਾਬ ਕਹਿੰਦੇ ਆ ਤੇ ਇਹ 50 ਸਾਲ ਦੀ ਗੱਲ ਆ ਸਾਡੇ ਘਰ ਪੰਡਿਤ ਜੀ ਆਏ ਉੱਥੇ ਦੇ ਤੋਂ ਅੱਛਾ ਜੀ ਤੇ ਉਹ ਮੇਰੇ ਫਾਦਰ ਕਹਿੰਦੇ ਵੀ ਚਾਹ ਬਣਾਓ ਪੰਡਿਤ ਜੀ ਆਏ ਆ ਘਰੇ ਜੀ ਤੇ ਉਹ ਕਹਿੰਦੇ ਵੀ ਨਹੀਂ ਮੈਂ ਚਾਹ ਨਹੀਂ ਪੀਣੀ ਗੀ ਮੈਂ ਗਊ ਦਾ ਪਿਸ਼ਾਬ ਪੀ ਕੇ ਆਇਆ ਹੈ ਅੱਛਾ ਜੀ ਤੇ ਇਹ ਮਤਲਬ ਜਿਹੜੇ ਉਹ ਹੈਗੇ ਆ ਐਕਸਰਸਾਈਜ਼ ਕਰਾਉਂਦੇ ਕੀ ਉਹਦਾ ਨਾਮ ਹੈ ਦਵਾਈ ਦੇ ਤੌਰ ਤੇ ਕੋਈ ਨਾ ਕੋਈ ਮਤਲਬ ਵਰਤਿਆ ਜਾਂਦਾ ਸੀ ਅੱਗੇ ਕਹਿ ਦਿੰਦੇ ਸੀ ਜੇ ਕੰਨ ਦੁਖਦਾ ਨਾ ਤੇ ਬੱਚੇ ਦਾ ਪਿਸ਼ਾਬ ਪਾ ਲਓ ਕੰਨ ਦੇ ਵਿੱਚ ਮਤਲਬ ਜੋ ਰੱਬ ਨੇ ਚੀਜ਼ ਬਣਾਈ ਆ ਨਾ ਉਹਦਾ ਕੋਈ ਨਾ ਕੋਈ ਫਾਇਦਾ ਹੈਗਾ ਇਹ ਠੀਕ ਆ ਸਾਨੂੰ ਗਿਆਨ ਨੀ ਇੰਨਾ ਤੇ ਜਿਹੜੀ ਗੱਲ ਹੈਗੀ ਆ 15 ਜੂਨ ਨੂੰ ਕਹਿੰਦੇ ਆ ਮਤਲਬ ਕਰੋਨਾ ਖਤਮ ਹੋ ਜਾਊਗਾ ਕਿਸੇ ਨੇ ਕਿਹਾ ਏ ਪਰ ਮੈਂ ਹੁਣ ਇਸ ਕਰਕੇ ਹੀ ਕਾਲ ਕੀਤੀ ਆ ਮੈਂ ਆਖਿਆ ਇਹ ਸਾਰੇ ਇਸ ਤੋਂ ਤੰਗ ਵੀ ਆ ਤੇ ਜੇ ਆਪਾਂ ਇਹਦੇ ਵਿੱਚ ਪੋਜ਼ਿਟਿਵ ਲੈ ਲਈਏ ਆਪਾਂ
ਵੀ ਹੋ ਜੂਗਾ ਤੇ ਉਹਦੇ ਵਿੱਚ ਆਪਣਾ ਕਹਿੰਦਿਆਂ ਦਾ ਨੁਕਸਾਨ ਕੀ ਹੈ? ਜੀ ਬਿਲਕੁਲ ਨਹੀਂ, ਆਪਾਂ ਤੁਹਾਡੀ ਬਹੁਤ ਮਿਹਰਬਾਨੀ ਕਾਲ ਕਰ ਲਈ, ਪ੍ਰੋਗਰਾਮ ਦਾ ਸਮਾਂ ਖਤਮ ਹੈ। ਕੋਈ ਨੁਕਸਾਨ ਨਹੀਂ, ਪੋਜ਼ਿਟਿਵ ਲੈ ਰਹੇ ਹਾਂ, ਅਸੀਂ ਚਾਹੁੰਦੇ ਹਾਂ, ਅਸੀਂ ਅਰਦਾਸ ਵੀ ਇਹੀ ਕਰਦੇ ਹਾਂ, ਸਾਰੇ ਆਪਾਂ ਬੇਨਤੀ ਕਰਦੇ ਹਾਂ ਰੋਜ਼। ਤੇ ਹੋਏਗਾ ਕਿਵੇਂ, ਸੋਚਣ ਵਾਲੀ ਗੱਲ ਇਹ ਹੈ, ਤੁਹਾਡਾ ਬਹੁਤ ਧੰਨਵਾਦ ਜੀ। ਬਾਕੀ ਇਹਦੇ ਇਹ ਰੱਬ ਦੇ ਕੰਮ ਹੁੰਦੇ ਆ, ਪਤਾ ਕੀ ਹੈ, ਜੋ ਚੀਜ਼ ਉੱਪਰ ਨੂੰ ਜਾਂਦੀ ਹੈ ਨਾ ਉਹਨੇ ਥੱਲੇ ਆਉਣਾ ਹੀ ਆਉਣਾ। ਹੁਣ ਜੇ ਅਮਰੀਕਾ ਆਪਣਾ ਫ੍ਰੀ ਹੋ ਗਿਆ ਹੈ ਤੇ ਇੰਡੀਆ ਵੀ ਫ੍ਰੀ ਹੋ ਜੂਗਾ। ਕੋਈ ਇੰਡੀਆ ਦੇ ਕਿਹੜਾ ਕੋਈ ਆਪਣੇ ਕਿਸੇ ਦੇ ਮਾਂ ਮਾਰੇ ਆ ਕਹਿੰਦੇ ਹੁੰਦੇ ਆ, ਸਦਾ ਤੇ ਕੋਈ ਨਹੀਂ ਰਹਿੰਦੇ ਹੈ ਦੁੱਖ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਬਾਕੀ ਗੱਲਾਂ ਸੋਮਵਾਰ ਕਰਾਂਗੇ। ਗੱਲ ਤਾਂ ਅਸੀਂ ਇਹ ਕਰਦੇ ਸੀ ਵੀ ਹੋਏਗਾ ਕਿਵੇਂ ਠੀਕ, ਵੈਕਸੀਨ ਹੋ ਜਾਏ ਤਾਂ ਠੀਕ ਹੋ ਜਾਏਗਾ। ਵੈਕਸੀਨ ਦੀ ਸਲੋਅ ਸਪੀਡ, ਵੈਕਸੀਨ 18 ਜੂਨ ਤੱਕ ਕੰਪਲੀਟ ਨਹੀਂ ਹੁੰਦੀ ਨਜ਼ਰ ਆਉਂਦੀ, ਜਿਸ ਹਿਸਾਬ ਨਾਲ ਉੱਥੇ ਕੰਮ ਚੱਲ ਰਿਹਾ। ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਸਾਡਾ ਹੈਗਾ ਜੀ 718-784-0900। ਨਾਲ ਦੀ ਨਾਲ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ। ਕਿਤੇ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਐਡ ਦੇਣੀ ਚਾਹੁੰਦੇ ਹੋ, ਕੋਈ ਈਵੈਂਟ ਕਰਾਉਣੀ ਚਾਹੁੰਦੇ ਹੋ, ਤਾਂ 209-450-3333 ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।